जस टीवी देख रहे हो तुम, मैं के पी सिंह टू द पॉइंट टू तुहाडा स्वागत करता। करोना काल एक यह काल है जिनते बहुत सारे सवाल है, पर इन सवालों के विचाले जो लॉकडाउन शुरू होया, जो करफ्यू शुरू होया, तो जो अनलॉक के फेसिस शुरू हुए, उस सब के विचाले सवाल यह किया गया कि लॉकडाउन में की खटिया असी, अनलॉक करके असी की खट रहे हैं, अमेरिका तो असी की सीख रहे हैं, चाइना तो असी की सीख रहे हैं, सारे मुल्कों के नाल साडा नाम जोड़िया गया, पर असल में असी मौजूदा हालात में कित्थे खड़े हैं। लगातार मामले वधदे पए आ, तो इस सब विचाले प्रोटेस्ट भी हो रहे, धरने दिते जा रहे हैं, तो पोलिटिकल जिहड़े शख्सियत हैगियां वह भी करोना दे विच घिर चुकिया है, वी आई पी जिन्हों कहते हैं, पर इस सब विचाले आम जनता कित्थे खड़ी है, सवाल बहुत सारे हो। पर इन सवालों के विचाले अहम सवाल यह है कि पहला जदों एक भी मामला सामने आता सी तां पूरा ब्लॉक, पूरी सोसायटी उसनू लॉक कर दिता जाता सी, उसनू बंद कर दिता जाता सीगा। फिर उस तो बाद दौर इहो जिहा आया कि कल्ला ब्लॉक है जिहड़ा उसनू बंद करना शुरू किया, फिर उस तो बाद दौर आया कि कल्ला घर है जिहड़ा उस ते नज़र रखनी शुरू की, उस तो बाद यह दौर आ चुक्या कि जदों तुहाडे घर विच कोई करोना पेशेंट हुंदा उस तो बाद तुहाडे टैस्ट करवाउणे कोई जरूरी नहीं है, तुहाडे सिम्पटम्स है तो हो सकदा कि प्रशासन कह दे टैस्ट करा लो, नहीं तां तुसीं आपे करवाउणे तां करा लो, जे नहीं करवाउणे तां ना कराओ, पता नहीं क्यों। उस सब दे विचाले दावे किए जा रहे, दवाई बन गई है जी, वैक्सीन आ गई है जी, बस फटाफट ऑर्डर बुक हो गया, WHO कुछ होर कह रहा है, साडे पॉलिटिशियन कुछ होर कह रहे हैं, साडी मैडिकल साइंस कुछ होर कह रही है, पोलिटिकल साइंस से मैडिकल साइंस के बहुत वखरे वा, असी सवाल क्यों पूछा करोना ते बेफिक्री क्यों। ਵੱਡਾ ਸਵਾਲ ਇੱਕੋ ਪੁੱਛਿਆ ਹੋਵੇਗਾ ਇਸ ਡਿਬੇਟ ਦੇ ਵਿੱਚ, ਵੱਡਾ ਸਵਾਲ ਇਹ ਪੁੱਛਿਆ ਹੋਵੇਗਾ ਕਰੋਨਾ ਦੀ ਦਵਾਈ ਦੇ ਦਾਅਵੇ ਕਰਕੇ ਕੀ ਮਹਾਮਾਰੀ ਤੋਂ ਆਜ਼ਾਦੀ ਮਿਲ ਜਾਵੇਗੀ। ਇਸੇ ਸਵਾਲ 'ਤੇ ਅਸੀਂ ਚਰਚਾ ਕਰਾਂਗੇ, ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਡਾਕਟਰ ਪਹਿਲਾ ਗਰਗ, ਸਾਬਕਾ ਰਜਿਸਟਰਾਰ ਨੇ ਬਾਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ 'ਤੇ, ਅਤੇ ਪੰਜਾਬ ਦੇ ਵਿੱਚ ਜਿਹੜੀ ਯੂਨੀਵਰਸਿਟੀ ਹੈ ਇਸ ਦੇ ਵਿੱਚ ਕਰੋਨਾ ਦੇ ਦੌਰ ਵਿੱਚ ਇਸ ਯੂਨੀਵਰਸਿਟੀ ਦਾ ਅਹਿਮ ਸਥਾਨ ਹੈ, ਅਤੇ ਇਹ ਸਾਰੀਆਂ ਇਹਨਾਂ ਚੀਜ਼ਾਂ ਨੂੰ ਡੀਲ ਵੀ ਕਰ ਰਹੀ ਹੈ, ਅਤੇ ਡਾਕਟਰ ਗਰਗ ਨੇ ਉੱਤੇ ਲੰਮਾ ਸਮਾਂ ਕੰਮ ਕੀਤਾ ਹੈਗਾ। ਡਾਕਟਰ ਗਰਗ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ ਸਰ। ਸ਼ੁਕਰੀਆ ਜੀ। ਡਾਕਟਰ ਸੁਖਵਿੰਦਰ ਸੁੱਖੀ, ਵੈਸੇ ਤਾਂ ਇਹ ਅੱਜ ਕੱਲ੍ਹ ਰਾਜਨੀਤੀ ਨਾਲ ਜੁੜੇ ਹੋਏ ਆ ਵਿਧਾਇਕ ਨੇ ਸ਼੍ਰੋਮਣੀ ਅਕਾਲੀ ਦਲ ਦੇ, ਪਰ ਅਸਲ ਵਿੱਚ ਇਹ ਪੇਸ਼ੇ ਤੋਂ ਡਾਕਟਰ ਨੇ, ਅਤੇ ਇਹਨਾਂ ਨੂੰ ਬਿਹਤਰ ਤਰੀਕੇ ਨਾਲ ਸਭ ਕੁਝ ਪਤਾ ਹੈਗਾ ਕਿ ਸਰਕਾਰਾਂ ਕਿਸ ਤਰੀਕੇ ਨਾਲ ਕੰਮ ਕਰ ਰਹੀਆਂ ਅਤੇ ਸਿਆਸਤਦਾਨ ਕਿਸ ਤਰੀਕੇ ਨਾਲ ਕੰਮ ਕਰਦੇ ਆ, ਪਰ ਅਸਲ ਵਿੱਚ ਪੋਲੀਟੀਕਲ ਸਾਇੰਸ ਅਤੇ ਮੈਡੀਕਲ ਸਾਇੰਸ ਵਿੱਚ ਫਰਕ ਕੀ ਹੈਗਾ, ਡਾਕਟਰ ਸੁੱਖੀ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਸਰ, ਤੁਹਾਡਾ ਬਹੁਤ ਸਵਾਗਤ ਹੈ ਸਰ। ਹਰਦੀਪ ਸਿੰਘ ਇੰਗਰਾ ਕਾਂਗਰਸ ਦੇ ਬੁਲਾਰੇ ਆ, ਪਰ ਇਹ ਕਾਂਗਰਸ ਦੇ ਬੁਲਾਰੇ ਹੋਣ ਦੇ ਨਾਲ ਨਾਲ ਇਹਨਾਂ ਵੱਡੇ ਵੱਡੇ ਮੰਤਰੀਆਂ ਦੇ ਨਾਲ ਕੰਮ ਕਰ ਚੁੱਕੇ ਆ, ਵੱਡੀ ਵੱਡੀ ਸਿਆਸਤ ਦੇ ਨਾਲ ਕੰਮ ਕਰ ਚੁੱਕੇ ਆ, ਅਤੇ ਇਹਨਾਂ ਨੂੰ ਪਤਾ ਹੈਗਾ ਕਿ ਪ੍ਰਸ਼ਾਸਨ ਕਿਸ ਤਰੀਕੇ ਨਾਲ ਕੰਮ ਕਰਦਾ, ਕਿਉਂਕਿ ਖੁਦ ਇਹ ਪ੍ਰਸ਼ਾਸਨ ਦੇ ਵਿੱਚ ਲੰਮਾ ਸਮਾਂ ਬਿਤਾ ਚੁੱਕੇ ਆ, ਅਤੇ ਸਾਰਾ ਕੁਛ ਇਹਨਾਂ ਨੂੰ ਪਤਾ ਹੈਗਾ, ਪਰ ਸਵਾਲ ਇਹ ਹੈਗਾ ਕਿ ਮੌਜੂਦਾ ਸਰਕਾਰ ਕਿਹੜੇ ਦੌਰ ਦੇ ਵਿੱਚ ਖੜ੍ਹੀ ਹੈ, ਅਤੇ ਉਹ ਆਪਦੇ ਆਪ ਨੂੰ ਸ਼ਾਬਾਸ਼ ਦੇ ਰਹੀ ਹੈ, ਅਤੇ ਕਹਿੰਦੇ ਆ ਕਿ ਬਿਹਤਰ ਕਾਰਗੁਜ਼ਾਰੀਆਂ ਵਾਲੇ ਸੂਬਿਆਂ ਵਿੱਚ ਪੰਜਾਬ ਮੋਹਰੀ ਹੈ, ਅਤੇ ਮੁਬਾਰਕਬਾਦ ਦੇ ਰਹੀ ਹੈ ਪੰਜਾਬ ਸਰਕਾਰ ਆਪਦੇ ਆਪ ਨੂੰ ਮਿਸ਼ਨ ਫਤਿਹ ਦੇ ਨਾਂ 'ਤੇ। ਹਰਦੀਪ ਸਿੰਘ ਕਿੰਗਰਾ, ਉਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿੰਨੀ ਮੁਬਾਰਕਬਾਦ ਦੇਣੀ ਪੈਂਦੀ ਹੈ। ਕਿੰਗਰਾ ਸਾਹਿਬ, ਬਹੁਤ ਸਵਾਗਤ ਹੈ ਸਰ ਤੁਹਾਡਾ। ਥੈਂਕ ਯੂ ਵੈਰੀ ਮੱਚ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਸਵਾਲ ਕਿੰਗਰਾ ਸਾਹਿਬ ਤੁਹਾਨੂੰ ਕਰਨਾ ਚਾਹੁੰਦਾ, ਕਿੰਗਰਾ ਸਾਹਿਬ ਕਰੋਨਾ 'ਤੇ ਬੇਫਿਕਰੀ ਕਿਉਂ ਹੋ ਗਈ ਹੈ? ਦੇਖੋ ਕੇ ਪੀ, ਕਰੋਨਾ ਜਦੋਂ ਮੈਂ 12-13 ਮਾਰਚ ਨੂੰ ਇੱਕ ਇਹਦੇ 'ਤੇ ਲੇਖ ਲਿਖਿਆ ਸੀਗਾ, ਉਹਦੇ 'ਚ ਮੈਂ ਇਹ ਆਖਿਆ ਸੀਗਾ ਕਿ ਇਹ ਮਹਾਂਮਾਰੀ ਦੇ ਵਾਸਤੇ ਤੁਸੀਂ ਜਿਹੜੀ ਪੀਕ ਹੈ ਉਹਨੂੰ ਡਿਲੇਅ ਕਰ ਸਕਦੇ ਹੋ, ਪਰ ਪੀਕ ਆਏਗੀ ਜ਼ਰੂਰ, ਔਰ ਜਿੰਨਾ ਤੁਸੀਂ ਟਾਈਮ ਗੇਨ ਕਰੋਗੇ ਉਸ ਟਾਈਮ ਦੇ ਵਿੱਚ ਸਿਹਤ ਸੇਵਾਵਾਂ ਨੂੰ ਸਟਰੈਂਥਨ ਕਰ ਲੈਣਾ ਚਾਹੀਦਾ, ਕਿੰਨੇ ਬੈੱਡ ਸਾਨੂੰ ਚਾਹੀਦੇ ਆ, ਕਿੰਨੇ ਹੋਸਪਿਟਲ ਚਾਹੀਦੇ ਆ, ਕਿੰਨੇ ਸਾਨੂੰ ਵੈਂਟੀਲੇਟਰ ਚਾਹੀਦੇ ਆ, ਰੈਸਪੀਰੇਟਰ ਚਾਹੀਦੇ ਆ, ਇਹ ਸਾਰਿਆਂ ਦੀ ਤਿਆਰੀ ਕਰਨੀ ਬਣਦੀ ਸੀ। ਉਹਦੇ ਵਿੱਚ ਕੀ ਹੁੰਦਾ, ਦੇਖੋ ਇਹ ਜਿਹੜੀ ਐਪੀਡੈਮੀਆਲੋਜੀ ਹੈ, ਜਿਹੜੀ ਕਿ ਕਿਸੇ ਵੀ ਡਿਜ਼ੀਜ਼ ਦਾ ਸਪਰੈਡ ਕਿਵੇਂ ਹੁੰਦਾ, ਉਹ ਡਿਪੈਂਡ ਕਰਦਾ ਕਿ ਤੁਹਾਡੇ ਕੋਲ ਇਨੀਸ਼ੀਅਲ ਇਨੋਕੁਲਮ ਕਿੰਨਾ ਹੈਗਾ। ਜਦੋਂ ਤੁਹਾਡੇ ਕੋਲ ਇਨੋਕੁਲਮ ਘੱਟ ਸੀਗਾ ਉਦੋਂ ਇਹਦੀ ਪ੍ਰੋਗਰੈਸ ਘੱਟ ਸੀ, ਹੁਣ ਤੁਹਾਡੇ ਕੋਲ ਇਨੀਸ਼ੀਅਲ ਇਨੋਕੁਲਮ ਬਹੁਤ ਜ਼ਿਆਦਾ ਹੈਗਾ, ਤਾਂ ਇਹਦੀ ਜਿਹੜੀ ਗਰੋਥ ਹੈ ਉਹ ਐਕਸਪੋਨੈਂਸ਼ੀਅਲ ਤੋਂ ਵੀ ਜ਼ਿਆਦਾ ਹੋ ਜਾਏਗੀ। ਇਹ ਸਾਰਿਆਂ ਨੂੰ ਪਤਾ ਸੀ, ਡਾਕਟਰ ਪਿਆਰੇ ਲਾਲ ਗਰਗ ਹੋਰਾਂ ਨੂੰ ਵੀ ਪਤਾ ਸੀ, ਡਾਕਟਰ ਸੁੱਖੀ ਨੂੰ ਵੀ ਪਤਾ ਹੋਣਾ, ਔਰ ਸਰਕਾਰ ਦੇ ਜਿੰਨੇ ਡਾਕਟਰ ਸਲਾਹਕਾਰ ਆ ਨਾ ਸਾਰਿਆਂ ਨੂੰ ਪਤਾ ਹੋਣਾ, ਪਰ ਸਿਆਸਤਦਾਨ ਕਦੇ ਕਿਸੇ ਦੀ ਸਲਾਹ ਮੰਨਣ ਨੂੰ ਤਿਆਰ ਨਹੀਂ ਹੁੰਦੇ। ਉਹ ਤਾਂ ਸੰਖ ਵਜਾਉਂਦੇ ਆ, ਉਹ ਤਾਂ ਥਾਲੀਆਂ ਵਜਾਉਂਦੇ ਆ, ਉਹ ਤਾਂ 9 ਦਾ ਅੰਕੜਾ ਪੜ੍ਹਦੇ ਆ। ਕਈ ਬੰਦੇ ਕਹਿੰਦੇ 9 ਤਰੀਕ ਨੂੰ 9 ਵਜੇ 9 ਮੋਮਬੱਤੀਆਂ ਜਗਾਓ ਤੇ ਕਰੋਨਾ ਭੱਜੇਗਾ, ਗੋ ਕਰੋਨਾ ਗੋ। ਇਹ ਐਡਾ ਲਾਈਟਲੀ ਲਿਆ ਗਿਆ। ਭਾਰਤ ਸਭ ਤੋਂ ਦੁਨੀਆ ਦੇ ਵੱਧ ਮਰੀਜ਼ਾਂ ਦਾ ਦੇਸ਼ ਬਣਨ ਵਾਲਾ ਹੈ, ਤੇ ਕੋਈ ਦਿਨ ਜਾਂਦਾ, ਮੈਂ ਲਿਖਿਆ ਸੀ ਉਹਦੇ ਵਿੱਚ, ਤੇ ਬਿਲਕੁਲ ਕਿਸੇ ਕੋਈ ਨਹੀਂ ਰੋਕ ਸਕਦਾ ਇਹਨੂੰ, ਨਾ ਇਹਨੂੰ ਪ੍ਰਧਾਨ ਮੰਤਰੀ ਰੋਕ ਸਕਦਾ, ਨਾ ਇਹਨੂੰ ਕੋਈ ਮੁੱਖ ਮੰਤਰੀ ਰੋਕ ਸਕਦਾ। ਇਹ ਡਾਕਟਰਾਂ ਦੀ ਗੱਲ ਹੈ, ਇਹ ਟੈਕਨੀਕਲ ਗੱਲ ਹੈ, ਇਹਦੇ ਵਿੱਚ ਸਿਰਫ ਤੁਹਾਨੂੰ ਸਮਾਂ ਮਿਲਣਾ ਸੀ ਆਪਦੀਆਂ ਸਿਹਤ ਸੇਵਾਵਾਂ ਕਰਨ ਦਾ। ਹਰਜੀਤ ਸਿੰਘ ਇੰਗਰਾ, ਪੋਲਿਟਿਕਸ ਤੁਸੀਂ ਕਰੀ ਜਾਈਓ, ਤੁਸੀਂ ਜਿੰਦੇ ਮਰਜ਼ੀ ਇਲਜ਼ਾਮ ਲਾਈ ਜਾਈਓ, ਮੇਰਾ ਸਵਾਲ ਤਾਂ ਸਰ ਕਰੋਨਾ ਤੇ ਬੇਫਿਕਰੀ ਕਿਉਂ ਹੈ? ਜੇ ਕਹਿੰਦੇ ਤਾਂ ਮੈਂ ਐਲੈਬੋਰੇਟ ਕਰ ਦੇਵਾਂ ਸਵਾਲ ਨੂੰ, ਕਿਉਂ ਕਹਿ ਰਿਹਾ ਮੈਂ ਤੁਹਾਨੂੰ? ਨਹੀਂ ਨਹੀਂ, ਮੈਂ ਸਮਝ ਗਿਆ, ਤੁਸੀਂ ਕਦੇ ਰੱਸਾਕਸ਼ੀ ਦੀ ਖੇਡ ਵੇਖੀ ਹੈ?
रस्साकशी की खेड के दोवें धिर रस्सा खिंचदियां ने पर जिहड़ी धिर खिच के लै जांदी एक स्टेज इह जी आ जांदी है दूजी धिर कहिंदी छड्ड दिओ यार ये हुण छड्ड दिओ यार वाली स्टेज आ गई है करोना की। चलो ठीक है मैं समझ गया सर, मैं समझ गया बसां च लिखिया हुंदा सवारी आपदे समान दी आप जिम्मेवार है ਉਹੀ ਕਹਾਣੀ ਹੈ ਜਦੋਂ ਸਰਕਾਰ ਹਾਂ ਹੁਣ 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 ਕੋਈ ਕਿਸੇ ਦੇ ਵਾਸਤੇ ਨਹੀਂ ਚਲੋ ਠੀਕ ਠੀਕ ਹੈ ਨਾ ਕਿਸੇ ਪ੍ਰਧਾਨ ਮੰਤਰੀ ਦੇ ਨਾ ਆਈਸੀਐਮਆਰ ਦੇ ਕਿਸੇ ਦੇ ਵਾਸਤੇ ਨਹੀਂ ਹੈਗਾ ਹੁਣ ਇਹ ਚਲੋ ਡਾਕਟਰ ਸੁਖਵਿੰਦਰ ਸੁਖੀ ਸਰ ਕੁੱਲ ਮਿਲਾ ਕੇ ਇੱਕ ਪੋਲੀਟੀਕਲ ਸਾਇੰਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਹੁਣ ਸਾਡੇ ਵੱਸੋਂ ਬਾਹਰ ਹੈ ਮੈਡੀਕਲ ਸਾਇੰਸ ਕੀ ਕਹਿੰਦੀ ਹੈ ਸਰ ਪੋਲੀਟੀਕਲ ਸਾਇੰਸ ਦੀ ਚਰਚਾ ਬਾਅਦ ਚ ਮੈਂ ਕਰ ਲੂੰਗਾ ਡਾਕਟਰ ਸੁਖਵਿੰਦਰ ਸੁਖੀ ਦੇਖੋ ਕੇਪੀ ਜੀ ਇਹ ਬੜੀ ਸਾਡੇ ਲਈ ਦੁੱਖ ਵਾਲੀ ਘੜੀ ਹੈ कि जदों महामारी कोई भी हो जा कोई भी बीमारी हो जो कोई भी इत्थे कोई देश के अंदर प्रॉब्लम आती है उस चीज़ का माहर जिहड़ा जदों डील करे तां कोई रिजल्ट पैदा किए जा सकते हैं। ये साडे देश की साडे सूबे की इतरा बदकिस्मती रही कि जदों करोना साडे स्टेट च आया इनू सुलझाण दे लई इहदे ट्रीटमेंट दे लई अनपढ़ लोग आए बेशक उह सूबे का सी एम सी बेशक वो साड़ी जड़े एडमिनिस्ट्रेटर सी वो सी इत्थे जिन्ने भी जड़ा जिन्हां लोकां ने एक मानस मलनी सी डॉक्टरां नू पिछे धक्क दिता गया उन्हां दी कोई सलाह नहीं ली गई और मैं समझदा सब तो बड़ा यही कारण रहा कि इन्हां ने लॉकडाउन तो मैं समझदा कि सही टाइम ते लाया पर डॉक्टरां दी सलाह ना लैण करके समय से चंगी सलाह ना मनण करके जो लॉकडाउन दे दौरान इन्हें कुछ करना सी जो इन्हों तैयारियां करनी चाहिए सियाँ जिदा मेरे तो पहला इंग्रज साहब ने भी कहा कि सानू वेंटीलेटर सानू बैड सन लोगों के बेच जरा एजुकेशन सब तो इंपॉर्टेंट ये कि लोगों एजुकेशन देनी इन्होंने ना तो लोगों मास्क लगाने सिखाए भी किस तरह मास्क का की फायदा आ असी पुलिस के डर तो मास्क लाने हैं पर किसी तो बीमारी तो बचने अज तक किसी आदमी ने भी मास्क नहीं लाया और सोशल डिस्टेंसिंग की गल जी की है तुम वो असी लोगों मैं समझदा कि पोलीटिकल लोगों ने ही सिर्फ तो सिर्फ लोगों का जो पै खत्म किया क्योंकि असी अज जेकर सरकार का कोई एम एल ए है वो जेकर 50 बंदे लैके किसी चीज़ का उद्घाटन कर जाता वो की मैसेज दे रहा जेकर सी एम एक काफिले ना तुरदा ज मंत्री किसी काफिले ना तुरदा वो की मैसेज दे रहा। मैं समझदा कि जिहड़ी असी जिहड़े लोगों ने सानू एजुकेट करना सी जिन्होंने सानू बचाना सी उन्हां लोगों नू पिछे कर दिता गया। डाक्टर सुखी डाक्टर सुखी बहुत ईमानदार ने तुसीं इह गल कही है कि सूबे दा सी एम जां सरकार दे विधायक सारे दे विच तुहाडी पार्टी भी शामिल है इन्हां दी पार्टी भी शामिल है जिहड़े धरने देण लगे सोशल डिस्टेंसिंग की पालना नहीं करते पे जिहड़े मास्क नहीं पाउंदे पे तुसीं अद्धा सवाल खड़ा कीता सी मैं इसनूं पूरा कर रहा। डाक्टर गर्ग सर सर ये मैडिकल साइंस से पोलीटिकल साइंस के विचाले वखरेवा इन्हों दोनों ने दसता बड़ी ईमानदारी ने दसता सर डाक्टर गर्ग वैसे इस मुद्दे पर ईमानदारी घट दिखाई जा रही है पर मेरा सवाल है डाक्टर गर्ग जिहड़ा सुनेहा देना चाहिए सीगा एजुकेशन वाला वो एजुकेशन के सर असं कितने फेल हुए हैं। डॉक्टर सुखी ने तो कहता सीधा पोलीटिशन सवाल खड़ा करता कि डॉक्टर पिछे करता इसलिए होया। देखो मैं इसनों के पी जी दोनों वक्तावान ने बहुत सोहने तरीके गल एक 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 पक्ष बल्कि मैं कहूँगा बहुत वड्डा वड्डा पक्ष पेश करे और वो सही है जो इन्होंने पेश करे। तुसी अज जे दुनिया के देखो इस बीमारी का पहली गल हुई स्टेटस की है फिर आप देखेंगे महामारी रोकी किवें जांदी। मैं दो गल्लां ही करांगा अज तीनों मुल्क ने जिन्हां दी आबादी तो 25% है दुनिया के पर केस 55% ने उन्होंने को 53% मौत उन्हें 42% ने वो तीन मुल्क वो ने जिन्हें तिना के सरबरा यह कहें रहे भी साढ़े तो करोना हो ही नहीं सकता अगो करोना वाली गल उ कहाँ रहे उ कहें रहे मैं तो मास्क पहनते नहीं एक कहना मैं तो मास्क ही नहीं पहनता ब्राजील वाला कहना फिर जब हो गया फिर पता नहीं की देखता रहा। ये जेड़े तिने मुल्क ने कोई थालियां खड़का के कोई डंडियां खड़का के कोई कहना पी लो हाइपोक्लोराइट सोल्यूशन पी लो अमरीका से मैं उदों वो ट्रंप के कहे तो पी पी के लोग बीमार हो गए आने लग गए। सो जब असी एक इसका मखौल उड़ाया शुरू चो मखौल उड़ाने का समा का मतलब यही थी जे क्योंकि जोड़ा सियासतदान है जोड़ा पॉलिटिशियन है डॉक्टर ने टैक्नीकल गल सारी दसनी है पर पॉलिटिशियन ने लोगों नूं जिवें डॉक्टर सुखविंदर सुखी जी ने कहा है भी पॉलिटिशियन जे आप ही उत्थे रैलियां करी जाऊ होर करी जाऊ हुणी राम मंदिर का उद्घाटन होया तुसीं देख लो रैली दे विच किन्ना किन्ने मा वो जिहड़े बैठे सी उन्होंने किन्ना मास्क पहने हुए सी ते किन्नी को डिस्टेंस सी हवाई जहाज च आउंदे हो तुसीं नाल नाल जुड़ के बहने हो बसां तुसीं नाल नाल जुड़ के बहने हो बाहर खड़े नूं तुसीं कुट दिंदे हो इह तो लोक की समझणगे। एक दूजा पासा मैं हुण लैणा एक लाइन च रोकियो ना भी महामारी नूं रोकण दा तरीका की हुंदा है
महामारी नूं रोकण दा पहला तरीका हुंदा उहदी आहट महसूस करना। इन्हां ने वो आहट इन्हां नूं महसूस तां छड्डो, इन्हां नूं कैरला ने महसूस कराती। 30 जनवरी नूं कैरला ने दसता वी भाई साडे इक केस आ गया, डायगनोज हो गया, वुहान तों आई सी लड़की। इन्हां ने वो आहट पता होण दे बावजूद, बिलक होण दे बावजूद इन्हां ने कोई प्रबंध नहीं करिया। ये सरकारां तोड़न ते लगे रहे, ये ट्रंप दी आवभगत ते लगे रहे। उदों की करना सी, जिद्दे आहट हो गई उहदी असीं उहनूं अगला स्टैप कहिंदे आ, अगला स्टैप कहना कंटेनमेंट। वो कंटेनमेंट की करनी सी, जल मार्ग, थल मार्ग, हवाई मार्ग, उस दिन क्वारंटाइन शुरू कर देंदे। उत्थे जे उस दिन इन्हां तिन्नां मार्गां ते क्वारंटाइन शुरू कर देंदे, क्योंकि कोरोना का वायरस बाहरों आ रहा है, साढ़े तो है ही नहीं सी, तां इह फैलना नहीं सी। इस तों अगे जिहड़ा उन्हां ने फर्दर करना सी, जे उह नहीं करिया सी, कहिंदे सवेर दा भुल्ला जे शाम नूं घर आ जाए तां शायद भुल्ला ना कहावे। ਉਹ ਲੇਟ ਕਰੀ ਗਏ 1 ਲੱਖ ਤੋਂ ਲੋਕਡਾਊਨ ਕਰਕੇ, ਜਿਹੜਾ ਆਇਡੈਂਟੀਫਾਈ ਕਰਨਾ ਸੀ, ਇੱਕ ਤਾਂ ਤਿਆਰੀ ਸੀ ਜੋ ਡਾਕਟਰ ਸਾਹਿਬ ਦੋਨਾਂ ਸਾਹਿਬਾਨ ਨੇ ਕਹੀ ਹੈ, ਤਿਆਰੀ ਦੇ ਨਾਲ ਨਾਲ ਇੱਕ ਕੰਮ ਹੋਰ ਕਰਨਾ ਸੀ। ਉਹ ਬਚਪਨ 'ਚ ਤੁਸੀਂ ਕਹਾਣੀ ਜ਼ਰੂਰ ਸੁਣੀ ਹੋਊ, ਮੈਂ ਤਾਂ ਸੁਣੀ ਹੋਈ ਹਾਂ, ਅੱਜ ਕਹਾਣੀ ਲਿਖਦੇ ਸੀ ਉਹ, ਵੀ ਟੋਕਰੀ ਸਾਹਿਬਾਂ ਦੀ ਸੀ, ਉਹ 'ਚ ਇੱਕ ਸੇਬ ਗਲਿਆ ਹੋਇਆ, ਜੇ ਉਹ ਗਲੇ ਹੋਏ ਨੂੰ ਵਿੱਚ ਬੰਦ ਕਰ ਦੋਗੇ ਉਹ ਤਾਂ ਸਾਰੀ ਟੋਕਰੀ ਗੜੂਗੀ, ਤੁਸੀਂ ਆਇਡੈਂਟੀਫਾਈ ਕਰਕੇ ਕੱਢਣਾ ਉਹ ਵਿੱਚੋਂ ਬਾਹਰ। ਬਿਲਕੁਲ ਠੀਕ ਹੈ। ਇਹ ਟੋਕਰੀ ਸੇਬਾਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇੱਕ ਕਹਾਣੀ ਮੈਂ ਹੋਰ ਪੜ੍ਹੀ ਸੀ ਜਿਹਦੇ ਵਿੱਚ ਸੀ, ਮੈਂ ਸਭ ਜਾਣਦੀ ਹੂੰ, ਤੇ ਮੈਂ ਉਹਦਾ ਕਹਿ ਰਿਹਾ ਕਿ ਮੈਂ ਸਭ ਜਾਣਦਾ ਹੂੰ, ਜਦੋਂ ਮੈਂ ਸਭ ਜਾਣਦਾ ਹੂੰ ਵਾਲਾ ਸਵਾਲ ਖੜਾ ਹੋਵੇ ਤੇ ਫਿਰ ਇਹੋ ਜਿਹਾ ਹਾਲ ਹੁੰਦਾ। ਬ੍ਰੇਕ ਤੋਂ ਵਾਪਸ ਆ ਰਹੇ ਹਾਂ, ਇਹਨਾਂ ਤੋਂ ਹੋਰ ਸਵਾਲ ਵੀ ਹੋਣਗੇ ਕਰੋਨਾ ਤੇ ਬੇਫਿਕਰੀ ਕਿਉਂ ਆ, ਅਸੀਂ ਮੂਲ ਸਵਾਲ ਇਹ ਕਰ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ ਕਿ ਨਾਲ ਨਾਲ ਤੁਹਾਨੂੰ ਅਵੇਅਰ ਵੀ ਕਰੀਏ। ਵਾਪਸ ਆ ਰਹੇ ਹਾਂ। ਵੱਡਾ ਸਵਾਲ ਸੀ ਇਹ ਪੁੱਛ ਰਹੇ ਇਸ ਡਿਬੇਟ ਵਿੱਚ, ਕਰੋਨਾ ਦੀ ਦਵਾਈ ਦੇ ਦਾਅਵੇ ਕਰਕੇ ਕੀ ਮਹਾਮਾਰੀ ਤੋਂ ਆਜ਼ਾਦੀ ਮਿਲ ਜਾਵੇਗੀ। ਡਾਟਾ ਗਰਗ ਸਰ, ਤੁਸੀਂ ਕਹਿ ਰਹੇ ਸੇਬਾਂ ਦੀ ਟੋਕਰੀ ਵਿੱਚ ਇੱਕ ਸੇਬ ਖਰਾਬ ਹੋ ਜਾਵੇ ਤਾਂ ਬਾਕੀ ਵੀ ਖਰਾਬ ਹੋ ਜਾਂਦੇ ਆ, ਸਰ ਹੁਣ ਕੋਈ ਹੱਲ ਕੀ ਹੈ? ਹੁਣ ਸੇਬ ਜਿਹੜਾ ਖਰਾਬ ਆ ਉਹਨੂੰ ਬਾਹਰ ਛੱਡ ਕੇ ਹੁਣ ਉਸ ਤੇ ਆ ਜਾਣਾ? ਹਾਂ, ਵੀ ਇਹਨਾਂ ਨੇ ਉਹ ਕਰਕੇ ਬੰਦ ਕਰਕੇ ਖਰਾਬ ਕਰਤਾ, ਉਸ ਤੋਂ ਬਾਅਦ ਕੀ ਹੋਇਆ? ਆਪਾਂ ਪਹਿਲਾਂ ਜੇ ਇਤਿਹਾਸ ਨਹੀਂ ਦੇਖਾਂਗੇ ਮਾਮੂਲੀ ਜਿਹਾ ਵੀ 2 ਮਿੰਟ ਤਾਂ ਸ਼ਾਇਦ ਅਸੀਂ ਠੀਕ ਨਹੀਂ ਕਰ ਸਕਾਂਗੇ। ਉਦੋਂ ਬਾਅਦ ਇਹਨਾਂ ਨੇ ਸਾਰੀ ਪਾਵਰ ਆਪਦੇ ਕੋਲ ਕੰਸਨਟ੍ਰੇਟ ਕਰ ਲਈ। ਕਿੰਗਰ ਸਾਹਿਬ ਨੇ ਸਹੀ ਕਿਹਾ, ICMR ਦੀ ਗੱਲ ਹੀ ਨਹੀਂ ਮੰਨੀ। ICMR ਨੇ ਕਿਹਾ ਸੀ ਘਰ ਘਰ ਸਰਵੇ ਕਰੋ, ਉਹ ਸੁਣਿਆ ਨਹੀਂ। 1-2 ਡਾਕਟਰ ਉਹ ਲਾ ਲਏ ਜਿਹਨਾਂ ਨੂੰ ਐਪੀਡੀਮੋਲੋਜੀ ਦਾ ਗਿਆਨ ਨਹੀਂ ਸੀ, ਕਾਰਡੀਓਲੋਜਿਸਟ ਆ ਵਿਚਾਰਾ, ਉਹ ਕਾਰਡੀਓਲੋਜੀ ਚੰਗੀ ਜਾਣਦਾ ਅਤੇ ਉਹਨੂੰ ਜ਼ਰੂਰੀ ਨਹੀਂ ਵੀ ਉਸਨੂੰ ਐਪੀਡੀਮੋਲੋਜੀ ਆਉਂਦੀ ਹੋਵੇ। ਬਿਮਾਰੀਆਂ ਰੋਕਣ ਦੀ ਇੱਕ ਵਿਗਿਆਨ ਹੈ, ਉਹ ਵਿਗਿਆਨ ਦੀ ਬਜਾਏ ਅਸੀਂ ਵਹਿਮ ਦੇ ਵਿੱਚ ਪਾਉਣਾ ਸ਼ੁਰੂ ਕਰਤਾ ਲੋਕਾਂ ਨੂੰ। ਅਸੀਂ ਆਯੂਸ਼ ਦੇ ਨਾਲ ਰੋਕ ਦਾਂਗੇ, ਹਲਦੀ ਪੀ ਲਓ, ਦੁੱਧ ਪੀ ਲਓ, ਧੁੱਪੇ ਬਹਿ ਜਾਓ, ਅਸੀਂ ਇਹੋ ਜਿਹੀਆਂ ਗੱਲਾਂ ਕਰਨ ਲੱਗ ਗਏ ਕਿਉਂਕਿ ਸਾਡਾ ਇੱਕ ਨਿਸ਼ਾਨਾ ਹੋਰ ਸੀ ਕਿਤੇ। ਸੋ ਉਹਦੇ ਨਾਲ ਅਸੀਂ ਉਹ ਬਿਮਾਰੀ ਵੱਧਦੀ ਗਈ। ਉਦੋਂ ਅੱਗੇ ਆ ਕੇ ਅਸੀਂ ਇੱਥੇ ਤੱਕ ਕੰਸਨਟ੍ਰੇਟ ਕਰ ਲਈ ਇੱਕ ਕਾਨੂੰਨ ਦੇ ਨਾਲ। ਲੋਕ ਤਾਂ ਕਹਿੰਦੇ ਇੰਦਰਾ ਗਾਂਧੀ ਨੇ ਐਮਰਜੈਂਸੀ ਸੰਵਿਧਾਨ ਵਰਤ ਕੇ ਲਾਈ ਸੀ, ਸਿਰਫ ਇੱਕ ਸੰਵਿਧਾਨ ਦਾ ਇੱਕ ਛੋਟਾ ਜਿਹਾ ਇੰਸਟਰੂਮੈਂਟ, ਇੱਕ ਕਾਨੂੰਨ ਹੈ ਡਿਜ਼ਾਸਟਰ ਮੈਨੇਜਮੈਂਟ ਐਕਟ, ਉਹਦੇ ਵਿੱਚ ਅਸੀਂ ਪਾਵਰ ਐਂ ਮੁੱਠੀ 'ਚ ਕਰ ਲਈ ਕਿ ਪੰਜਾਬ ਦਾ ਮੁੱਖ ਮੰਤਰੀ ਜਾ ਕੇ ਹੜੇ ਕੱਢ ਰਿਹਾ CM ਕੋਲੇ, PM ਕੋਲੇ, ਕਿ ਜਨਾਬ ਆ ਜਿਹੜੇ ਤੁਸੀਂ ਲਾਲ ਸੰਤਰੀ ਹਰੇ ਏਰੀਏ ਕਹਿੰਦੇ ਹੋ, ਇਹ ਜਨਾਬ ਤੁਹਾਨੂੰ ਨਹੀਂ ਪਤਾ, ਸਾਡੇ ਡਾਕਟਰਾਂ ਨੂੰ ਸਾਨੂੰ ਪਤਾ ਹੈ ਸਾਡੇ ਪੰਜਾਬ 'ਚ ਕਿਹੜੇ ਨੇ, ਅਸੀਂ ਫੈਸਲਾ ਕਰ ਲਈਏ, ਤੁਸੀਂ ਲਾਲ ਨੂੰ ਹਰਾ ਕਹੀ ਜਾਂਦੇ ਹੋ, ਹਰੇ ਨੂੰ ਲਾਲ ਕਹੀ ਜਾਂਦੇ ਹੋ। ਜੇ ਇੱਥੇ ਤੱਕ ਉੱਥੇ ਜਾਣਾ ਪੈਂਦਾ, ਜੇ ਇੰਨੀ ਰਿਕੁਐਸਟ ਕਰਨੀ ਪੈਂਦੀ ਆ ਤਾਂ ਬਿਮਾਰੀ ਨਹੀਂ ਠੀਕ ਹੋ ਸਕਦੀ ਸੀ। ਹੁਣ ਉਦੋਂ ਅੱਗੇ ਫਿਰ ਜਿਹੜਾ ਲੀਡਰ ਹਾਰ ਕੇ ਜਾਂ ਤਾਂ ਨਹੀਂ ਉਲਝਾ ਦੇ, ਉਦੋਂ ਭੱਜ ਜੇ। ਇਹਨਾਂ ਨੇ ਤਾਂ ਕਿਹਾ, ਕਿੰਗਰਾ ਸਾਹਿਬ ਨੇ ਤਾਂ, ਵੀ ਉਹ ਬੰਦਾ ਕਹਿੰਦਾ ਹਾਲ 'ਤੇ ਛੱਡੋ, ਹਾਲ 'ਤੇ ਨਹੀਂ ਛੱਡਿਆ, ਭੱਜੀਆਂ ਅਸੀਂ, ਭੱਜੀਏ ਹੁਣ, ਸਟੇਟਾਂ 'ਤੇ ਕਰੋ ਨਾ ਕਰੋ। ਹੁਣ ਜਿਹੜਾ ਹੱਲ ਹੈ ਇਹਦਾ, ਇੱਕ ਲਾਈਨ 'ਚ ਕਹਾਂਗਾ ਮੈਂ, ਅੱਜ ਵੀ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਇਹਦਾ ਹੱਲ ਹੈ, ਕਿਉਂਕਿ ਜਿੰਨਾ ਚਿਰ ਵੈਕਸੀਨ ਨਹੀਂ ਆਉਂਦਾ, ਹਰਡ ਇਮਿਊਨਿਟੀ ਨਹੀਂ ਹੁੰਦੀ, ਇਹਨੇ ਫੈਲੀ ਜਾਣਾ। ਇਹ ਜਿਹੜਾ ਮਾਸਕ ਅਤੇ ਜਿਹੜਾ ਹੈਗਾ ਆਪਣਾ ਸੋਸ਼ਲ ਡਿਸਟੈਂਸ, ਇਹ ਅਸੀਂ 40 ਕਰੋੜ ਲੋਕਾਂ ਵਾਸਤੇ ਤਾਂ ਦੱਸ ਰਹੇ ਹਾਂ, ਮਿਡਲ ਕਲਾਸ ਵਾਸਤੇ ਤਾਂ, ਜਿਹੜਾ ਬਾਕੀ 100 ਕਰੋੜ ਹੈ ਜਿਹੜਾ ਉਹ ਮਜ਼ਦੂਰ ਤੁਰਿਆ ਜਾਂਦਾ ਸੀ, ਉਹਨੂੰ ਨਾ ਤਾਂ ਅਸੀਂ ਕੋਈ ਇਹ ਤਰੀਕਾ ਦੱਸ ਰਹੇ ਵੀ ਤੂੰ ਮਾਸਕ ਕਿਹੋ ਜਿਹਾ ਪਹਿਨਣਾ ਤਾਂ ਕਿ ਤੇਰੀ ਰੀਚ 'ਚ ਰਹੇ, ਤੈਨੂੰ ਔਖਾ ਨਾ ਹੋਵੇ ਲੈਣਾ, ਕਿ ਤੂੰ ਸੋਸ਼ਲ ਡਿਸਟੈਂਸਿੰਗ ਕਿਹੋ ਜਿਹੀ ਕਰਨੀ ਹੈ। ਉਹਦੇ ਵਾਸਤੇ ਨਾ ਮੈਡੀਕਲ ਐਜੂਕੇਸ਼ਨ ਨੇ, ਨਾ ਹੈਲਥ ਨੇ, ਨਾ ICMR ਨੇ, ਨਾ ਪ੍ਰਸ਼ਾਸਨ ਨੇ, ਨਾ ਪੁਲਿਸ ਨੇ, ਨਾ ਸਿਆਸਤ ਨੇ ਕੋਈ ਪ੍ਰਸਕ੍ਰਿਪਸ਼ਨ ਨਹੀਂ ਦਿੱਤੀ। ਅਸੀਂ ਡੰਡੇ ਨਾਲ ਕੋਰੋਨਾ ਠੀਕ ਕਰਨ ਦੀ ਕੋਸ਼ਿਸ਼ ਕਰੀ ਹੈ, ਕੋਰੋਨਾ ਪੁਲਿਸ ਨਾਲ ਨਹੀਂ ਠੀਕ ਹੋਣਾ, ਕੋਰੋਨਾ ਵਿਗਿਆਨ ਨਾਲ ਠੀਕ, ਵਿਗਿਆਨ ਨਾਲ ਠੀਕ ਹੋਣਾ। ਡਾਕਟਰ ਸੁਖਵਿੰਦਰ ਸੁੱਖੀ, ਤੁਸੀਂ ਵੀ ਇਸ ਗੱਲ ਨਾਲ ਇਤਫਾਕ ਰੱਖੋਗੇ ਕਰੋਨਾ ਵਿਗਿਆਨ ਨਾਲ ਠੀਕ ਹੋਣਾ, ਕਿਉਂਕਿ ਤੁਸੀਂ ਇਸ ਗੱਲ ਦੀ ਪਹਿਲਾਂ ਹਾਮੀ ਭਰ ਚੁੱਕੇ ਹੋ। ਮੇਰਾ ਸਵਾਲ ਹੈ ਡਾਕਟਰ ਸੁਖਵਿੰਦਰ ਸੁੱਖੀ ਕਿ ਸਾਡੇ ਦੇਸ਼ ਦੀ ਬਹੁਤੀ ਆਬਾਦੀ ਆ ਪਿੰਡਾਂ 'ਚ ਵੱਸਦੀ ਹੈ, ਅਤੇ ਮੇਰਾ ਸਵਾਲ ਇਹ ਨਹੀਂ ਗਾ ਕਿ ਪਿੰਡਾਂ 'ਚ ਸ਼ਹਿਰਾਂ ਵਿੱਚ ਪਾੜਾ ਕੀ ਹੈ, ਮੇਰਾ ਸਵਾਲ ਇਹ ਹੈ ਸਰ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਿਹੜਾ ਪਾੜਾ ਉਹ ਸਭ ਕੁਝ ਦਿਖਿਆ ਕੰਨ 'ਤੇ ਲਿਖਿਆ ਹੋਇਆ ਕਿ ਸਾਡੇ ਕੋਲ ਸਿਹਤ ਸਹੂਲਤਾਂ ਕਿੰਨੀਆਂ,
मैट्रो सिटी के विचालों तो इंटीरियर में जाके साडे कोले की हालात है। जे बिहार की आबादी तुसी गल करो तो उत्थे सब तो ज़्यादा आबादी पिंडां च रहिंदी है, तो पंजाब की आबादी की गल करो तो इत्थे भी पिंडां च बहुत वड्डी आबादी रहिंदी है। सर, शहरां विच सिहत सहूलतां किहो जिहियां ने, उस दे बावजूद साडे हालात किहो जिहे आ? जे पिंडां विच सारी मार पैणी शुरू हो गई तो सर जी कित्थे जाके खड़ा गए डॉक्टर सुखविंदर सुक्खी? गल सवाल उही है तुहाडा कि असीं एजुकेट नहीं कर सके। देखो, जे सिहत सहूलतां की गल करो, इस वेले जिहड़ा सरकार ने हथ खड़े कर दिते, इन्होंने कोई सेहत सहूलत कोई दी नहीं कहना। मतलब असि अज जे बाकी बीमारियों की गल छे, अपा सिर्फ तो सिर्फ कोरोना की गल करिए। डॉक्टर सुखी थोड़ा सर क्लैरिफाई कर दो तो मैं चंगा लगेगा, सारिया सरकार ने हथ खड़े करते चंगी गल सी, पर जो इन्होंने करना सी दसन पंजाब दे अंदर इन्होंने एक भी, क्योंकि बयान तो वित्त मंत्री साहब ने देता कि असी 24,000 बैड जिहड़े तैयार कर ले, जदों कि उदों इन्हां कोल प्रैक्टिकली 1,000 बैड तैयार नहीं सी। इन्हां दे कोल उस वेले जदों कोरोना महामारी हुई उदों कोल सिर्फ 34 जिहड़े वेंटीलेटर सी। और मैं IMA पंजाब दा यह धन्नवाद करना चाहना जिन्हां ने कहा भी 500 जिहड़ा वेंटीलेटर 24 घंटे तुहाडे कोल आ, जदों मर्जी तुसीं सानूं सद्दा दिओ, असीं लोकां दी सेवा करांगे। इन्हां पंजाब सरकार ने दसो इन्हां 4 महीने च किन्ने मैडिकल अफसर रखे, किन्नियां नर्सां रखियां, किन्ने फार्मासिस्ट रखे, किन्ना जिहड़ा थल्ले दा स्टाफ हो रखिया, इन्हां ने एक भी उहदे विच वाधा नहीं कीता। और जो इन्हां दा अज हालात ने, अज ज्ञान सागर दी कल दी ट्रिब्यून दी खबर आ कि ज्ञान सागर दे विच इन्हां कोल एक भी बैड नहीं। अज कहिंदा मतलब स्थिति यह है कि यह प्राइवेट और गवर्नमेंट के अदारियां नूं जोड़न विच कामयाब नहीं हुए, क्योंकि कैप्टन साहब ने यह सोचा कि मैं जिहड़े प्राइवेट डॉक्टर उहनां तों डंडे नाल काम लै लूंगा। यह मैं समझदा कि उहनां दी बहुत वड्डी भुल है। अज जिहड़ी लोड सी ਉਹ ਏਸੀ ਸਿਰਫ ਤੇ ਸਿਰਫ ਸਾਡਾ ਜਿਹੜਾ ਸਿਸਟਮ ਆ ਉਹਨੂੰ ਸਟਰੋਂਗ ਕਰਨ ਦੀ, ਜੋ ਸਾਡੇ ਕੋਲ ਸੀ ਉਹਨੂੰ ਸਟਰੋਂਗ ਕਰਨਾ। ਮੇਰੇ ਨਵਾਂਸ਼ਹਿਰ ਦੇ ਵਿੱਚ 4 ਵੈਂਟੀਲੇਟਰ ਨੇ ਪਰ ਉਹਨਾਂ ਨੂੰ ਚਲਾਉਣ ਵਾਲਾ ਇੱਕ ਵੀ ਨਹੀਂ। ਜੇ ਤੁਸੀਂ ਵੈਂਟੀਲੇਟਰ ਭੇਜ ਦਿਓ, ਜੇ ਉੱਥੇ ਡਾਕਟਰ ਨਹੀਂ, ਉੱਥੇ ਨਰਸ ਨਹੀਂ, ਉੱਥੇ ਦੂਸਰਾ ਸਟਾਫ ਨਹੀਂ, ਉਹ ਕਿੱਦਾਂ ਚੱਲਣਗੇ? ਸਾਡੇ ਸਿਰਫ 2 ਜਾਂ 4 ਲੋਕਾਂ ਨੂੰ ਆਕਸੀਜਨ ਦੀ ਲੋੜ ਪਈ, ਕਿਉਂਕਿ 85% ਲੋਕਾਂ ਨੂੰ ਇਹਦੇ ਵਿੱਚ ਕੋਈ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਪੈਂਦੀ, ਸਿੰਪਟਮਲੈਸ ਹੁੰਦੇ ਆ, ਅਸਿੰਪਟੋਮੈਟਿਕ ਹੁੰਦੇ ਆ। ਪਰ ਮੇਰੇ ਜ਼ਿਲ੍ਹੇ ਦੇ ਵਿੱਚ ਜਿਹੜੇ 4-5 ਲੋਕਾਂ ਨੂੰ ਆਕਸੀਜਨ ਦੀ ਲੋੜ ਪਈ, ਉਹਨਾਂ ਨੂੰ ਇੱਕ ਨੂੰ ਮੈਡੀਕਲ ਅੰਮ੍ਰਿਤਸਰ, ਦੂਸਰੇ ਨੂੰ ਮੈਡੀਕਲ ਪਟਿਆਲੇ ਭੇਜ ਦਿੱਤਾ ਗਿਆ। ਕੀ ਜੇ ਜਿਹੜੀ ਚੀਜ਼ ਤੁਸੀਂ ਖਰੀਦੀ ਆ, ਜੇ ਤੇ ਲੱਖਾਂ ਰੁਪਇਆ ਖਰਚਿਆ, ਜੇ ਉਹਨੂੰ ਚਲਾਉਣ ਲਈ ਤੁਸੀਂ ਸਟਾਫ ਨਹੀਂ ਦੇਣਾ, ਤੇ ਇਹ ਤੁਹਾਡੀ ਤਿਆਰੀ ਆ? ਮੈਂ ਕਹਿੰਦਾ ਕਿ ਇਹ ਜਿਹੜੀ ਸਾਰੀ ਕਮਾਂਡ ਆ ਇਹ ਡਾਕਟਰਸ ਨੂੰ ਦਿਓ। ਉਹ ਡਾਕਟਰਾਂ ਨੂੰ ਦੇ ਕੇ IMA ਜਿੰਨੇ ਵੀ ਪੰਜਾਬ ਦੇ ਡਾਕਟਰ ਆ, ਬੇਸ਼ੱਕ ਉਹ ਪ੍ਰਾਈਵੇਟ ਆ, ਬੇਸ਼ੱਕ ਗਵਰਨਮੈਂਟ ਆ, ਉਹਨਾਂ ਨੂੰ ਕੋਆਰਡੀਨੇਟ ਕਰਾ ਕੇ ਉਹਨਾਂ ਨੂੰ ਕਹੋਗੇ ਸੇਵਾਵਾਂ ਦਿਓ, ਤਾਂ ਮਿਲ ਸਕਦਾ ਕੁਛ। ਠੀਕ ਠੀਕ ਹੈ ਸਰ। ਹਰਦੀਪ ਸਿੰਘ ਕਿੰਗਰਾ ਸਰ, ਇੱਕ ਸਵਾਲ ਦਾ ਮੈਂ ਜਵਾਬ ਫਟਾਫਟ ਦੇ ਦਿਓ। ਤੁਸੀਂ ਇੱਕ ਰੇਟ ਤੈਅ ਕੀਤੇ ਆ, 16 ਜੁਲਾਈ ਨੂੰ ਰੇਟ ਤੈਅ ਕਰਤੇ ਸੀ ਨਿੱਜੀ ਹਸਪਤਾਲ ਕਿੰਨੇ ਪੈਸੇ ਲੈ ਸਕਦੇ ਆ ਇਲਾਜ ਲਈ? ਪ੍ਰਤੀਦਿਨ 10,000 ਤੋਂ ਵੱਧ ਦੀ ਵਸੂਲੀ ਨਹੀਂ, ਬਿਨਾਂ ਵੈਂਟੀਲੇਟਰ ਦੇ ICU ਬਿਸਤਰੇ ਵਾਲੀ ਵੀ ਰੇਟ ਤੈਅ ਕੀਤੇ ਤੁਸੀਂ 13,000 ਤੋਂ 15,000 ਰੁਪਏ ਤੱਕ ਚਾਰਜ ਕਰ ਸਕਦੇ ਆ। ਸਰ, ਜ਼ਮੀਨੀ ਹਕੀਕਤ ਕੁਛ ਹੋਰ ਹੈ ਕਿੰਗਰਾ ਸਾਹਿਬ? ਜੇ ਤੁਸੀਂ ਇਸ ਸਵਾਲ ਦਾ ਜਵਾਬ ਇਹ ਕਹਿਤਾ ਵੀ ਜ਼ਮੀਨੀ ਹਕੀਕਤ ਕੁਛ ਹੋਰ ਹੈ, ਜੇ ਕਹੋਗੇ ਤਾਂ ਪ੍ਰੋਗਰਾਮ ਤੋਂ ਬਾਅਦ ਸਰ ਫੋਨ ਕਾਲ 'ਤੇ ਗੱਲ ਵੀ ਕਰਾ ਦੂੰਗਾ ਜਿਹੜੇ ਹਸਪਤਾਲ 'ਚ ਕਹੋਗੇ ਸਰ ਉੱਥੇ। ਕਿੰਗਰਾ ਸਾਹਿਬ, ਨਹੀਂ ਨਹੀਂ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਦੇਖੋ, ਦੁਨੀਆ ਦੇ ਵਿੱਚ ਜਦੋਂ ਕਿਸੇ ਵੀ ਚੀਜ਼ ਦੀ ਡਿਮਾਂਡ ਵੱਧ ਜੇ ਤੇ ਉਹਦੀ ਜਿਹੜੀ ਸਪਲਾਈ ਘੱਟ ਜੇ ਤਾਂ ਉਹਦੀ ਬਲੈਕ ਹੋ ਜਾਣੀ ਸ਼ੁਰੂ ਹੋ ਜਾਂਦੀ ਹੈ, ਉਹਦੇ ਤੋਂ ਲੋਕ ਮੁਨਾਫਾ ਕਰਨ ਲੱਗ ਜਾਂਦੇ ਆ, ਲੋਕ ਬਿਜ਼ਨਸ ਕਰਨ ਲੱਗ ਜਾਂਦੇ ਆ। ਸੋ ਮੈਡੀਕਲ ਪ੍ਰੋਫੈਸ਼ਨ ਜਿਹੜਾ ਹਸਪਤਾਲ ਹੈ, ਨਾ ਤਾਂ ਉਹ ਗੁਰਦੁਆਰੇ ਹੈ, ਨਾ ਉਹ ਮੰਦਰ ਹੈ, ਨਾ ਉਹ ਮਸਜਿਦ ਹੈ, ਉਹ ਉਹਨਾਂ ਦੇ ਕਮਰਸ਼ੀਅਲ ਅਦਾਰੇ ਹੈ। ਤੇ ਜੇ ਕਮਰਸ਼ੀਅਲ ਅਦਾਰੇ, ਕੱਲ ਨੂੰ ਸਪੋਜ਼ ਕਰੋ ਜੇ ਕਣਕ ਦੀ ਡਿਮਾਂਡ ਵੱਧ ਜਾਂਦੀ ਦੁਨੀਆ 'ਤੇ, ਜੱਟ ਪੈਸੇ ਨਹੀਂ ਕਮਾਊਗਾ ਤਾਂ ਹੋਰ ਕੌਣ ਕਮਾਊਗਾ? ਕਣਕ ਮਹਿੰਗੀ ਵੇਚਾਂਗੇ ਅਸੀਂ? ਇਸੇ ਤਰ੍ਹਾਂ ਜਦੋਂ ਅੱਜ ਲੋੜ ਪੈ ਗਈ ਹੈ ਦੁਨੀਆ ਦੇ ਵਿੱਚ ਮੈਡੀਕਲ ਫੈਸਿਲਿਟੀ ਦੀ, ਤਾਂ ਤੁਸੀਂ ਰੇਟ ਫਿਕਸ ਕਰ ਦਿੱਤੇ ਆ, ਐਗਰੀਡ, ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ, ਪਰ ਲੋਕ ਨਹੀਂ ਹਟਣਗੇ। ਤੁਹਾਡੀ ਸਿਨੇਮੇ ਦੀਆਂ ਟਿਕਟਾਂ ਬਲੈਕ ਹੁੰਦੀਆਂ, ਜਦੋਂ ਸਿਨੇਮੇ ਦੇ ਹੁੰਦੇ ਸੀਗੇ ਤੁਹਾਨੂੰ ਯਾਦ ਹੈ, ਟਿਕਟ ਜਿਹੜੀ ਆ ਦੁੱਗਣੇ ਪ੍ਰਾਈਸ ਤੇ ਮਿਲਦੀ ਸੀ ਪਹਿਲੇ ਦਿਨ ਪਹਿਲੇ ਸ਼ੋਅ। ਠੀਕ ਹੈ, ਚਲੋ ਤੁਸੀਂ ਐਡਮਿਟ ਕਰਦੇ ਪਏ ਹੋ, ਇਹ ਵੱਡੀ ਗੱਲ ਐਡਮਿਟ ਕਰਦੇ ਪਏ। ਡਾਕਟਰ ਸੁਖੀ, ਮੈਂ ਆ ਰਿਹਾ ਸਰ ਵਾਪਸ। ਇੱਕ ਛੋਟਾ ਬ੍ਰੇਕ ਲੈ ਲਵਾਂ ਸਰ, ਇੱਕ ਛੋਟਾ ਬ੍ਰੇਕ ਲੈ ਕੇ ਬ੍ਰੇਕ ਤੋਂ ਵਾਪਸ ਆਉਂਗਾ। ਜਿਹੜੇ ਨਿੱਜੀ ਹਸਪਤਾਲਾਂ ਦੇ ਵਿਚਾਲੇ ਅਤੇ ਸਰਕਾਰੀ ਹਸਪਤਾਲਾਂ ਦੇ ਵਿਚਾਲੇ, ਨਿੱਜੀ ਡਾਕਟਰਾਂ ਦੇ ਅਤੇ ਸਰਕਾਰੀ ਡਾਕਟਰਾਂ ਦੇ ਵਿਚਾਲੇ ਜਿਹੜਾ ਗੈਪ ਰਿਹਾ ਹੈਗਾ, ਡਾਕਟਰ ਸੁਖੀ ਨੇ ਵੀ ਸਵਾਲ ਕੀਤੇ ਹੈਗੇ ਆ, ਵਾਪਸ ਆ ਕੇ ਉਸ ਗੈਪ ਦੇ ਉੱਤੇ ਸਵਾਲ ਹੋਣੇ ਚਾਹੀਦੇ ਆ। ਇਹ ਗੈਪ ਆਮ ਅਤੇ ਖਾਸ ਮਰੀਜ਼ਾਂ ਵਿੱਚ ਵੀ ਹੈਗਾ, ਉਹ ਗੈਪ ਕਿਉਂ ਹੈ? ਵਾਪਸ ਆ ਰਹੇ ਹਾਂ। ਕਿਉਂ ਅਸੀਂ ਸਵਾਲ ਕਿਉਂ ਪੁੱਛ ਰਹੇ ਹਾਂ, ਕਰੋਨਾ ਦਵਾਈ ਦੇ ਦਾਅਵੇ ਕਰਕੇ ਕੀ ਮਹਾਮਾਰੀ ਤੋਂ ਆਜ਼ਾਦੀ ਮਿਲ ਜਾਵੇਗੀ? ਡਾਕਟਰ ਸੁਖਿੰਦਰ ਸੁੱਖੀ, ਤੁਸੀਂ ਆਪਣੀ ਗੱਲ ਵੀ ਪੂਰੀ ਕਰ ਲਓ, ਮੇਰਾ ਸਵਾਲ ਹੈ ਜਿਹੜਾ ਨਾਲ ਉਹ ਵੀ ਲੈ ਲਓ।
एक जिहड़ा इन्हां ने किया तुसीं गल कीती सीगी सरकारी डाक्टरां ते निजी डाक्टरां दे विचाले, मेरा सवाल है सर कि निजी हस्पतालां ते सरकारी हस्पतालां दे विचाले वो पाड़ा क्यों है, आम ते खास मरीजां विच पाड़ा क्यों हैगा सर, सर हर चीज़ सिफारिश ते क्यों मिलदी है सर, डॉक्टर सुखेंद्र सुखी लोड़ अनुसार क्यों नहीं मिल पा रही। देखो सब तो पहला तो यह गल है जो डिजास्टर मैनेजमेंट के जो कोई एमरजेंसी लगती है एमरजेंसी के जी सूबे की ज सेंटर की सरकार होंगी है वो मर्जी और जिस तरह मर्जी किसी भी हफ्ते अपनी मर्जी ना चलावे मैं सदा जिस सूबे का चीफ मिनिस्टर चार महीने तो अंदर बड़िया बैठा जिस सूबे का हेल्थ मिनिस्टर अंदर बड़िया बैठा कहता मैं किसी मिलना नहीं कि मैं कोरोना ना हो जाए उस सूबे के मेडिकल फैसिलिटी की ज किसी भी मैनेजमेंट की आस नहीं कर सकते जो इन्हों पता भी ये डिजास्टर मैनेजमेंट असी ये साड़ी बीमारी रोकने लिए सारे लोगों की लोड़ है। डॉक्टर सुखी जिन्होंने मिले सर उन्होंने खुद कोरोना हो गया मैं कहना कहना नाम लवा सर जिहड़े मिले सर आप सर घरे बैठ के भी क्वारंटाइन होके भी कोई मसले का हल कढ़ सकते कि नहीं कढ़ सकते, मेरा सवाल तो यह सर मैं उठे आ लगा ना पहला लोगों को डरा इन्हें लिया इन्होंने इन्ने डरा ते ਇਹ ਕਹਿੰਦੇ ਮਤਲਬ ਐਜੂਕੇਟ ਨਹੀਂ ਕਰ ਸਕੇ ਲੋਕਾਂ ਨੂੰ ਸਮਝਾ ਨਹੀਂ ਸਕੇ ਵੀ ਇੱਕ ਸਿਰਫ 1-2% ਲੋਕਾਂ ਨੂੰ ਹੀ ਕਿਸੇ ਆਕਸੀਜਨ ਦੀ ਜਾਂ ਵੈਂਟੀਲੇਟਰ ਦੀ ਲੋੜ ਪੈਣੀ ਹੈ ਦੂਜਿਆਂ ਨੂੰ ਨਹੀਂ ਲੋੜ ਪੈਣੀ ਲੋਕ ਇੱਕਦਮ ਡਰ ਗਏ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਸ਼ੁਰੂ ਕਰਤਾ ਬੱਸਾਂ ਚਲਾਉਣੀ ਸ਼ੁਰੂ ਕਰਤੀਆਂ ਬੱਸਾਂ 'ਚ ਕਹਿੰਦੇ ਕਾਰ ਦੇ ਵਿੱਚ ਤਾਂ 3 ਬੰਦੇ ਬੈਠੇ ਹੋਣ ਜੇ ਕਾਰ ਦੇ ਵਿੱਚ ਹਸਬੈਂਡ ਵਾਈਫ ਬੈਠੇ ਹੋਣ ਜੇ ਉਹਨਾਂ ਨੇ ਮਾਸਕ ਨਹੀਂ ਲਾਇਆ ਤੇ ਉਹਨਾਂ ਦਾ ਚਲਾਣ ਤੇ ਕਾਰ ਦੇ ਬੱਸ ਦੇ ਵਿੱਚ 54 ਬੰਦੇ ਨੂੰ ਅਲਾਓ ਕਰਦੇ ਹੋ ਮੇਰਾ ਇਹ ਕਹਿਣ ਦਾ ਮਤਲਬ ਹੈ ਜਿਹੜਾ ਪ੍ਰਾਈਵੇਟ ਹਸਪੀਟਲ ਸੀ ਉਹਨਾਂ ਦੇ ਉੱਤੇ ਸਰਕਾਰ ਨੂੰ ਉਹ ਆਪਣੀ ਜਿਹੜੀ ਆ ਦੇਖ ਰੇਖ ਲੈਣੇ ਚਾਹੀਦੇ ਆ ਔਰ ਉਹਨਾਂ ਜਿਹੜਾ ਸਟਾਫ ਆ ਮੈਂ ਤਾਂ ਇੱਥੋਂ ਤੱਕ ਜੇ ਮੇਰੇ ਕੋਲ ਇਹ ਪਾਵਰ ਹੋਵੇ ਮੈਂ ਪ੍ਰਾਈਵੇਟ ਹਸਪਤਾਲ ਸਾਰਿਆਂ ਨੂੰ ਉਹਨਾਂ ਦੀ ਪੇ ਫਿਕਸ ਕਰਾਂ ਚਲਾਈਏ ਸਰਕਾਰ ਚਲਾਵੇ ਕਿਉਂਕਿ ਜੇ ਅੱਜ ਲੁੱਟ ਖਸੁੱਟ ਹੋ ਰਹੀ ਆ ਇਹ ਡਾਕਟਰਾਂ ਕਰਕੇ ਨਹੀਂ ਹੋ ਰਹੀ ਇਹ ਪੰਜਾਬ ਸਰਕਾਰ ਦੀ ਨਲੈਕੀ ਕਰਕੇ ਹੋ ਰਹੀ ਆ ਠੀਕ ਠੀਕ ਇਹਨਾਂ ਨੇ IMA ਦੇਖੋ ਮੈਂ ਇੱਕ ਮਿੰਟ ਜਿਹੜੇ ਪ੍ਰਾਈਵੇਟ ਡਾਕਟਰ ਜਿਹਨਾਂ ਨੂੰ ਇਹਨੀ ਡਰਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਇਹਨੀ ਕਲੀਨਿਕਲ ਇਸਟੈਬਲਿਸ਼ਮੈਂਟ ਬਿੱਲ ਲੈ ਕੇ ਆਉਂਦਾ ਔਰ ਹਸਪਤਾਲਾਂ ਦੇ ਵਿੱਚ STP ਲਾਉਣ ਦੀ ਗੱਲ ਕੀਤੀ ਇਹ ਸਿਰਫ ਤੇ ਸਿਰਫ ਡਾਕਟਰ ਨੂੰ ਡਰਾਉਣ ਲਈ ਕੀਤਾ ਅੱਜ ਕਿਹੜੀ ਲੋੜ ਹੈ ਇਹਨਾਂ ਚੀਜ਼ਾਂ ਦੀ ਮੈਂ ਕਹਿੰਦਾ CM ਸਾਹਿਬ ਨੂੰ ਬਾਹਰ ਆ ਕੇ ਖੁੱਲੇ ਦਿਲ ਦੇ ਨਾਲ ਜਿੰਨੇ ਵੀ ਪੰਜਾਬ ਦੇ ਹਸਪਤਾਲ ਕਿਉਂਕਿ ਮੈਂ ਬਾਹਰ ਦੀ ਗੱਲ ਨਹੀਂ ਕਹਿੰਦਾ ਪੰਜਾਬ ਦੀ ਗੱਲ ਕਰੂੰਗਾ ਇਹ ਜਿੰਨੇ ਪੰਜਾਬ ਦੇ ਪ੍ਰਾਈਵੇਟ ਡਾਕਟਰ ਹੋਣ ਬੇਸ਼ੱਕ ਉਹ ਸਰਕਾਰੀ ਡਾਕਟਰ ਹੋਣ ਉਹਨਾਂ ਨੂੰ ਆਪਣੇ ਅੰਡਰ ਲੈਣ ਉਹਨਾਂ ਨੂੰ ਪਿਆਰ ਦੇ ਨਾਲ ਸਮਝਾ ਕੇ ਲੋਕਾਂ ਦਾ ਇਲਾਜ ਕਰਨ ਭੱਜਣ ਨਾ ਉੱਥੇ ਭੱਜਿਆ ਬੰਦਾ ਕੁਛ ਨਹੀਂ ਕਰ ਸਕਦਾ ਠੀਕ ਹੈ ਸਰ ਹਰਦੀਪ ਸਿੰਘ ਗਿੰਗਰਾ ਡਾਕਟਰ ਸੁਖਵਿੰਦਰ ਸੁੱਖੀ ਨੇ ਬੜੇ ਇੱਕ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਤੁਸੀਂ ਡਰਾਉਣੇ ਜ਼ਿਆਦਾ ਉਹ ਕੰਮ ਘੱਟ ਕਰਦੇ ਪਏ ਹੋ ਸਰ ਮੈਂ ਸਰ ਸਵਾਲ ਹੈ ਲੋਕ ਹਰਦੀਪ ਸਿੰਘ ਗਿੰਗਰਾ ਤੁਹਾਡੀ ਪ੍ਰੈਸ ਰਿਲੀਜ਼ ਕਹਿੰਦੀ ਹੈ ਕਿ ਪੰਜਾਬ ਨੇ ਦਿੱਲੀ 29ਵੇਂ ਹਰਿਆਣਾ 14ਵੇਂ ਅਤੇ ਹਿਮਾਚਲ ਪ੍ਰਦੇਸ਼ 9ਵੇਂ ਤੋਂ ਅੱਗੇ ਰਹਿੰਦਿਆਂ ਪਹਿਲਾ ਸਥਾਨ ਹਾਸਲ ਕੀਤਾ ਸਥਾਨ ਕਿਹੜਾ ਹਾਸਲ ਕੀਤਾ ਉਹ ਤੁਹਾਨੂੰ ਦੱਸ ਦਿੰਦਾ ਸਿਹਤ ਅਤੇ ਵੈਲਨੈਸ ਸੈਂਟਰਾਂ ਨੂੰ ਚਲਾਉਣ ਵਿੱਚ ਬਿਹਤਰ ਕਾਰਗੁਜ਼ਾਰੀ ਵਾਲੇ ਸੂਬਿਆਂ ਵਿੱਚ ਪੰਜਾਬ ਦੇ ਮੋਹਰੀ ਰਹਿਣ 'ਤੇ ਮੁਬਾਰਕਬਾਦ ਦੇ ਰਿਹਾ ਮੁੱਖ ਮੰਤਰੀ ਅਮਰਿੰਦਰ ਸਿੰਘ ਜੀ ਕਿੰਗਰਾ ਸਾਹਿਬ ਦੇਖੋ ਸਭ ਤੋਂ ਪਹਿਲਾਂ ਮੈਂ ਸੁਖੀ ਡਾਕਟਰ ਸੁਖੀ ਨੂੰ ਇੱਕ ਬੇਨਤੀ ਕਰਾਂਗਾ ਕਿ ਇਹ ਮਸਲਾ ਐਡਾ ਸੀਰੀਅਸ ਹੈ ਮੈਂ ਵੀ ਇੱਕ ਪੋਲੀਟੀਕਲ ਪਾਰਟੀ ਦਾ ਬੁਲਾਰਾ ਹੈਗਾ ਡਾਕਟਰ ਸਾਹਿਬ ਤੁਸੀਂ ਪੋਲੀਟੀਸਾਈਜ਼ ਨਾ ਕਰੋ ਕਿਸੇ ਵੀ ਚੀਜ਼ ਨੂੰ ਇੱਥੇ ਤੁਸੀਂ ਤੁਹਾਡਾ ਵੀ ਮੁੱਖ ਮੰਤਰੀ ਹੁੰਦਾ ਤਾਂ ਵੀ ਕਰੋਨੇ ਦਾ ਕੁਛ ਨਹੀਂ ਸੀ ਬਣਨਾ ਮੈਂ ਦਾਅਵੇ ਨਾ ਕਹਿ ਸਕਦਾ ਜੇ ਅਕਾਲੀ ਦਲ ਦੇ ਸਰਦਾਰ ਸੁਖਵੀਰ ਸਿੰਘ ਬਾਦਲ ਹੁੰਦੇ ਜਾਂ ਪ੍ਰਕਾਸ਼ ਸਿੰਘ ਬਾਦਲ ਹੁੰਦੇ ਜਾਂ ਸੁਖਜਿੰਦਰ ਸਿੰਘ ਸੁੱਖੀ ਆਪ ਚੀਫ ਮਿਨਿਸਟਰ ਹੁੰਦੇ ਤਾਂ ਵੀ ਕੁਛ ਨਹੀਂ ਸੀ ਬਣਨਾ ਅਸੀਂ ਸਾਰੇ ਐਕਸਪਰਟ ਜਾਣਦੇ ਹਾਂ ਮੈਂ ਵੀ ਮਾਈਕਰੋਬਾਇਓਲੋਜਿਸਟ ਹਾਂ ਬਾਈ ਟ੍ਰੇਨਿੰਗ ਬਾਈ ਐਜੂਕੇਸ਼ਨ ਮਾਈਕਰੋਬਾਇਓਲੋਜੀ ਮੇਰਾ ਸਬਜੈਕਟ ਹੈ ਸੋ ਇਸ ਕਰਕੇ ਇਹਦੇ 'ਚ ਕੀ ਬਣਨਾ ਸੀਗਾ ਇਹ ਤਾਂ ਤੁਸੀਂ ਸੁਖਜਿੰਦਰ ਡਾਕਟਰ ਸੁਖਜਿੰਦਰ ਔਰ KP ਦੇਖਣਾ ਇਹ ਲਾ ਐਂਡ ਆਰਡਰ ਸਿਚੁਏਸ਼ਨ ਆਏਗੀ ਜਦੋਂ ਤੁਹਾਡੇ ਮੰਤਰੀ ਦੇ ਵੈਂਟੀਲੇਟਰ ਲੱਗਿਆ ਹੋਏਗਾ ਔਰ ਆਮ ਜਨਤਾ 10 ਬੰਦੇ ਬਾਹਰ ਸੜਕ ਦੇ ਉੱਤੇ ਖੜੇ ਹੋਣਗੇ ਕਰੋਨਾ ਪੋਜ਼ਿਟਿਵ ਤਾਂ ਉਹ ਪੱਟ ਦੇਣਗੇ ਵੈਂਟੀਲੇਟਰ ਅੰਦਰ ਜਾ ਕੇ ਯਾਦ ਰੱਖਣਾ ਇਹ ਸਟੇਜ ਆਉਣ ਵਾਲੀ ਹੈ ਹਲੇ 2 ਮਹੀਨੇ ਰੁਕੋ ਮੈਂ ਆਪਦੇ ਆਰਟੀਕਲ 'ਚ ਮਾਰਚ ਦੇ ਵਿੱਚ ਲਿਖਿਆ ਸੀਗਾ ਕਿ ਇੰਡੀਆ ਇਜ਼ ਗੋਇੰਗ ਟੂ ਭਾਰਤ ਇਜ਼ ਗੋਇੰਗ ਟੂ ਫੇਸ ਅ ਲਾ ਐਂਡ ਆਰਡਰ ਸਿਚੁਏਸ਼ਨ ਔਨ ਦਿਸ ਔਨ ਡਿਊਰਿੰਗ ਦਿਸ ਡਿਜ਼ੀਜ਼ ਇਹ ਕਰੋਨਾ ਇੱਕ ਗੇਮ ਚੇਂਜਰ ਹੈ ਤੁਸੀਂ ਪਾਰਲੀਮੈਂਟ ਦਾ ਸੈਸ਼ਨ ਨਹੀਂ ਕਰ ਸਕੇ ਸਭ ਤੋਂ ਇੰਪੋਰਟੈਂਟ ਹੈ ਤੁਹਾਨੂੰ ਪਤਾ ਇੱਕ ਇੱਕ ਸਵਾਲ ਦੇ ਉੱਤੇ ਪਾਰਲੀਮੈਂਟ ਦੇ ਉੱਤੇ ਕਈ ਵਾਰੀ 5-5 ਕਰੋੜ ਰੁਪਇਆ ਖਰਚ ਹੁੰਦਾ ਹੈ ਕੋਈ ਬਜਟ ਨਹੀਂ ਉਹਦੇ 'ਚ ਦੇਖਿਆ ਜਾਂਦਾ ਕੋਈ ਟਰਾਂਸਪੋਰਟ ਨਹੀਂ ਦੇਖੀ ਜਾਂਦੀ ਪਾਰਲੀਮੈਂਟ ਇਜ਼ ਦੀ ਟੌਪ ਪ੍ਰਾਇਰਟੀ 12-12 ਵਜੇ ਤੱਕ ਅਸੀਂ ਟਿਕਟਾਂ 'ਚ ਬੈਠ ਕੇ ਲੇਕਿਨ ਇਸ ਵੇਲੇ ਪਾਰਲੀਮੈਂਟ ਦਾ ਸੈਸ਼ਨ ਨਹੀਂ ਹੋ ਰਿਹਾ ਸੋ ਕਿੱਡੀ ਵੱਡੀ ਗੱਲ ਹੈ ਇਹ ਕਿਉਂਕਿ ਮਜ਼ਾਕ ਨਹੀਂ ਹੈ ਡੈਮੋਕ੍ਰੇਸੀ 'ਚ ਪਾਰਲੀਮੈਂਟ ਸੈਸ਼ਨ 'ਚ ਨਾ ਆਵੇ ਠੀਕ ਹੈ ਸਰ ਸੋ ਇਹ ਇਹਨੂੰ ਅੰਡਰਐਸਟੀਮੇਟ ਕੀਤਾ ਜਾ ਰਿਹਾ ਹਲੇ ਵੀ ਇਹਨੂੰ ਕਈ ਪ੍ਰੋਫੈਸ਼ਨਲ ਵੀ ਅੰਡਰਐਸਟੀਮੇਟ ਕਰ ਰਹੇ ਆ ਮੈਂ ਡਾਕਟਰਾਂ ਨਾਲ ਕਈਆਂ ਨਾਲ ਗੱਲ ਕਰਦਾ ਮੇਰੇ ਦੋਸਤ ਹੈ ਡਾਕਟਰ ਅਮਰ ਸਿੰਘ ਆਜ਼ਾਦ ਨੂੰ ਲੈ ਲਓ ਤੁਸੀਂ ਡਾਕਟਰ ਅਮਰ ਸਿੰਘ ਆਜ਼ਾਦ ਦੀ ਕਦੇ ਇੰਟਰਵਿਊ ਦੇਖੋ ਕਹਿੰਦਾ ਕਿਹੜਾ ਕਰੋਨਾ ਹੈ ਹੀ ਕਰੋਨਾ ਕੁਛ ਨਹੀਂਗਾ ਵਾਈ ਆਰ ਯੂ ਬੋਦਰਡ ਡਾਕਟਰ ਅਮਰ ਸਿੰਘ ਆਜ਼ਾਦ ਨੂੰ ਇਹ ਨੂੰ ਹੀ ਸ਼ੁਡ ਨਾਟ ਟਾਕ ਜੇ ਉਹ ਇਦਾਂ ਹੀ ਦਲੇਰ ਹੈ ਤਾਂ ਕਰੋਨਾ ਹਸਪਤਾਲ ਜਾ ਕੇ ਕੰਮ ਕਰੇ ਠੀਕ ਹੈ
ਠੀਕ ਹੈ ਮੈਂ ਹਰਦੀਪ ਮਿੱਤਰ ਤੁਹਾਡਾ ਸਵਾਲ ਹਾਂ ਡਾਕਟਰ ਸੁੱਖੀ ਫਟਾਫਟ ਪਲੀਜ਼ ਡਾਕਟਰ ਸੁੱਖੀ ਇਹ ਕਹਿ ਰਿਹਾ ਕਿ ਅੰਡਰ ਐਸਟੀਮੇਟ ਕਰ ਰਹੇ ਹੋ ਤੁਸੀਂ ਇਸ ਨੂੰ ਕ੍ਰਿਟਿਸਾਈਜ਼ ਕਰ ਰਹੇ ਹੋ ਮੈਂ ਸਰ ਨਾ ਤਾਂ ਕਿਸੇ ਨੂੰ ਕ੍ਰਿਟਿਸਾਈਜ਼ ਕਰਦਾ ਮੈਂ ਨਾ ਪੋਲਿਟਿਕਸ ਕਰ ਰਿਹਾ ਮੈਂ ਇਹ ਗੱਲ ਕਹਿ ਰਿਹਾ ਕਿ ਜੇ ਉਹ ਵੀ ਸਾਡੇ ਕੋਲ ਸਾਧਨ ਆ ਦੇਖੋ ਬਿਮਾਰੀ ਨੇ ਆਣਾ ਹੀ ਆਣਾ ਉਹਦੇ ਨਾਲ ਲੜਨ ਦੇ ਲਈ ਜਿਹੜੇ ਵੀ ਸਾਡੇ ਸਾਧਨ ਉਹਨਾਂ ਨੂੰ ਤਾਂ ਇਕੱਠੇ ਹੋ ਕੇ ਆਪਾਂ ਇਕੱਠੇ ਹੋ ਕੇ ਲੜੀਏ ਉਹ ਤਾਂ ਆਪਾਂ ਵਰਤ ਲਈਏ ਪੂਰੇ ਦੇ ਪੂਰੇ ਆਪਾਂ ਉਹੀ ਨਹੀਂ ਵਰਤ ਪਾ ਰਹੇ ਮੇਰਾ ਕਹਿੰਦਾ ਸਭ ਇੰਨਾ ਹੀ ਮਤਲਬ ਠੀਕ ਹੈ ਸਰ ਠੀਕ ਹੈ ਡਾਕਟਰ ਪਹਿਲਾ ਗਰਗ ਇਹਨਾਂ ਨੇ ਡਾਕਟਰ ਅਮਰ ਸਿੰਘ ਆਜ਼ਾਦ ਹਰਾਂ ਜ਼ਿਕਰ ਕਰ ਠੀਕ ਠੀਕ ਆਈ ਟੇਕ ਅ ਮਿੰਟ ਹਾਂਜੀ ਬੋਲੋ ਡਾਕਟਰ ਸੁੱਖੀ ਸਰਕਾਰੀ ਹਸਪਤਾਲ ਤੇ ਪ੍ਰਾਈਵੇਟ ਹਸਪਤਾਲ ਜਦੋਂ ਮੈਂ ਖੋਲਦਾ ਐਜ਼ ਅ ਬਿਜ਼ਨਸਮੈਨ ਮੈਂ ਉੱਥੇ 에ਅਰ ਕੰਡੀਸ਼ਨਰ ਦਿੰਨਾ ਮੈਂ ਉੱਥੇ ਬਹੁਤ ਕੁਝ ਫੈਸਿਲਿਟੀ ਦਿੰਨਾ ਜਿਹੜੀਆਂ ਸਰਕਾਰੀ ਹਸਪਤਾਲਾਂ 'ਚ ਨਹੀਂ ਹੈਗੀਆਂ ਤੁਸੀਂ ਅਪੋਲੋ ਵਰਗੇ ਹਸਪਤਾਲ ਜਾ ਕੇ ਦੇਖੋ ਉਹ 5 ਸਟਾਰ ਹੋਟਲ ਵਰਗਾ ਹੈ ਉਹ ਕਿਸ ਤਰ੍ਹਾਂ ਚਾਰਜ ਕਰ ਸਕਦੇ ਸਰਕਾਰੀ ਹਸਪਤਾਲਾਂ ਦੀ ਫੀਸ ਉਹ ਤਾਂ ਉੱਜੜ ਜਾਣਗੇ ਜੇ ਕਰਨਗੇ ਤਾਂ ਠੀਕ ਹੈ ਸਰ ਉਹਨਾਂ ਦੇ ਬਿਜ਼ਨਸ ਦੇ ادارے ਪਰ ਸਰ ਜਿਹੜੇ ਤੁਸੀਂ ਰੇਟ ਫਿਕਸ ਕਰਤੇ ਆ ਇੱਕ ਮਿੰਟ ਪਲੀਜ਼ ਡਾਕਟਰ ਸੁੱਖੀ ਇੱਕ ਮਿੰਟ ਪਲੀਜ਼ ਪਰ ਸਰ ਜਿਹੜੇ ਤੁਸੀਂ ਰੇਟ ਫਿਕਸ ਕਰਤੇ ਆ ਉਹਨਾਂ ਰੇਟਸ ਦੇ ਮੁਤਾਬਕ ਤਾਂ ਫੀਸ ਲੈਣਾ ਉਹ ਤਾਂ ਉਦੋਂ ਵੱਧ ਚਾਰਜ ਕਰੀ ਜਾਂਦੇ ਗਰਾਊਂਡ ਤੇ ਜਾ ਕੇ ਦੇਖੋ ਹਰਦੀਪ ਸਿੰਘ ਇੰਗਰਾ ਕਦੇ ਮੈਂ ਤੁਹਾਨੂੰ ਦੱਸਿਆ ਬਲੈਕ ਮਾਰਕੀਟਿੰਗ ਠੀਕ ਹੈ ਸਰ ਠੀਕ ਹੈ ਡਾਕਟਰ ਗਰਗ ਇੱਕ ਮਿੰਟ ਪਲੀਜ਼ ਡਾਕਟਰ ਸੁੱਖੀ ਹਰਦੀਪ ਸਿੰਘ ਇੰਗਰਾ ਪਲੀਜ਼ ਇੱਕ ਮਿੰਟ ਡਾਕਟਰ ਪਹਿਲਾਂ ਗਰਗ ਸਰ ਇਹਨਾਂ ਨੇ ਡਾਕਟਰ ਅਮਰ ਸਿੰਘ ਆਜ਼ਾਦ ਹਰਾਂ ਦਾ ਸਵਾਲ ਚੁੱਕ ਲਿਆ ਨਾਲ ਜੇ ਤੁਸੀਂ ਜਵਾਬ ਦੇਣਾ ਚਾਹੁੰਦੇ ਹੋ ਤਾਂ ਦੇ ਦਿਓ ਮੇਰਾ ਸਵਾਲ ਇਹ ਹੈ ਕਿ ਸਰ ਇਹਨਾਂ ਨੇ ਕਿਹਾ ਕਿ ਅੰਡਰ ਐਸਟੀਮੇਟ ਕਰਕੇ ਦੇਖਿਆ ਗਿਆ ਤੇ ਇਸ ਤੇ ਪੋਲਿਟਿਕਸ ਜ਼ਿਆਦਾ ਕੀਤੀ ਗਈ ਡਾਕਟਰ ਗਰਗ ਦੇਖੋ ਮੈਂ ਇਸ ਨੂੰ ਹੋਰ ਤਰ੍ਹਾਂ ਲਾਉਂਗਾ ਇਹ ਦੋਨੋਂ ਸਪੀਕਰ ਮਾਨਯੋਗ ਜੋ ਵੀ ਕਹਿ ਰਹੇ ਨੇ ਮੇਰੀ ਇਹ ਅੰਡਰਸਟੈਂਡਿੰਗ ਬਣ ਰਹੀ ਹੈ ਮੈਂ ਇਹਦੇ 'ਤੇ ਕਾਫੀ ਸਟੱਡੀ ਕਰੀ ਆ ਡਿਟੇਲ 'ਚ ਪੂਰੀ ਦੁਨੀਆ ਦੀ ਕਿ ਡੈਥ ਰੇਟ ਕਿਵੇਂ ਹੈ ਕਿਹੜੀ ਏਜ ਗਰੁੱਪ 'ਚ ਹੈ ਕਿਹਨਾਂ ਨੂੰ ਹੈ ਕਿਹੜੀ ਕੋਮੋਰਬਿਡਿਟੀ ਹੈ ਮੈਂ 2 ਵਾਲੀਆਂ 'ਚੋਂ ਕਿਤਾਬ ਵੀ ਲਿਖੀ ਹੈ ਅਤੇ ਉਹਦੇ ਵਿੱਚ ਤੁਸੀਂ ਪੂਰੇ ਜਿੱਥੇ ਸਭ ਤੋਂ ਜ਼ਿਆਦਾ ਤਬਾਹੀ ਮੱਚੀ ਹੋਈ ਸੀ ਇੰਗਲੈਂਡ ਇਟਲੀ ਸਪੇਨ ਫਿਰ ਜਰਮਨੀ ਥੋੜ੍ਹੀ ਘੱਟ ਸੀ ਫਰਾਂਸ ਯੂ ਐੱਸ ਏ ਚੀਨ ਦੱਖਣੀ ਕੋਰੀਆ ਅਤੇ ਪਾਕਿਸਤਾਨ ਬੰਗਲਾਦੇਸ਼ ਹਿੰਦੁਸਤਾਨ ਸ਼੍ਰੀਲੰਕਾ ਮਿਆਨਮਾਰ ਮੈਂ ਸਾਰਿਆਂ ਦੀ ਸਟੱਡੀ ਕਰੀ ਆ ਇਕੱਲੇ ਇਕੱਲੇ ਮੁਲਕ ਦੀ ਇਹਦੇ ਵਿੱਚੋਂ ਜਿਹੜੀ ਵੱਡੀ ਗੱਲ ਸਾਡੇ ਹੋਈ ਆ ਸਾਡੇ ਇਹ ਲੋੜ ਮਹਿਸੂਸ ਹੋਈ ਹੈ ਕਿ ਇਹਨੂੰ ਕਨਫਿਊਜ਼ਨ 'ਚ ਰੱਖੋ ਤੁਸੀਂ ਮੈਨੂੰ ਇਹ ਦੱਸੋ ਵੀ ਅੱਜ ਕੋਵਿਡ ਨੂੰ ਰੋਕਣ ਦੀ ਬਜਾਏ ਕੇਂਦਰ ਸਰਕਾਰ ਕਦੇ ਇੱਕ ਆਰਡੀਨੈਂਸ ਕਦੇ ਦੂਜਾ ਆਰਡੀਨੈਂਸ ਕਦੇ ਤੀਜਾ ਆਰਡੀਨੈਂਸ ਕਦੇ ਨਵੀਂ ਸਰਕਾਰ ਤੋੜੋ ਇਹ ਕਿਹੜੇ ਇਹ ਇਹ ਲੋੜ ਸੀ ਇਹਨਾਂ ਚੀਜ਼ਾਂ ਦੀ ਲੋੜ ਸੀ ਅੱਜ ਤਾਂ ਜ਼ਿਆਦਾ ਲੋਕਾਂ ਨੂੰ ਇਕੱਠੇ ਕਰਕੇ ਸਾਰੀ ਆਪੋਜੀਸ਼ਨ ਨੂੰ ਇਕੱਠੇ ਕਰਕੇ ਇਸੇ ਦੀ ਬਜਾਏ ਕਿ ਤੁਸੀਂ ਦੋਸ਼ ਦਿਓ ਵੀ ਆਹ ਕਾਂਗਰਸ ਦਾ ਜੀ ਆਹ ਕਮਿਊਨਿਸਟਾਂ ਦਾ ਜੀ ਆਹ ਤ੍ਰਿਣਾਮੂਲ ਦਾ ਜੀ ਤੁਸੀਂ ਕੋਈ ਹੋਵੇ ਮੁੱਖ ਮੰਤਰੀ ਸਾਰਿਆਂ ਨੂੰ ਇਕੱਠੇ ਕਰਕੇ ਪੂਰੀ ਨੇਸ਼ਨ ਨੂੰ ਇਕੱਠੇ ਕਰਕੇ ਵਿੱਚੇ ਪ੍ਰਾਈਵੇਟ ਡਾਕਟਰਾਂ ਨੂੰ ਵਿੱਚੇ ਸਰਕਾਰੀ ਕੋਈ ਪ੍ਰਾਈਵੇਟ ਡਾਕਟਰ ਜਿਵੇਂ ਸੁਖਿੰਦਰ ਸੁੱਖੀ ਜੀ ਨਾਲ ਮੈਂ ਐਗਰੀ ਕਰਦਾ ਜਦ ਉਹਨਾਂ ਨੂੰ ਮੋਟੀਵੇਟ ਕਰੋਗੇ ਤਾਂ ਕਰਨਗੇ ਡੰਡੇ ਨਾਲ ਥੋੜ੍ਹਾ ਔਖਾ ਹੁੰਦਾ ਹੈ ਉਹਨਾਂ ਨੇ ਆਫਰ ਵੀ ਕਰੇ ਨੇ ਸੋ ਜਿਹੜੀ ਲੋੜ ਸੀ ਲੋਕਾਂ ਨੂੰ ਇਕੱਠੇ ਕਰਨ ਦੀ ਉਹ ਨਹੀਂ ਕਰੀ ਗਈ ਪਹਿਲੀ ਗੱਲ ਇਹ ਹੈ ਦੂਜੀ ਗੱਲ ਇਸ ਨੂੰ ਕਮਿਊਨਲ ਐਂਗਲ ਤੋਂ ਡੀਲ ਕਰਿਆ ਗਿਆ ਟਿਊਸ਼ਨਬਾਜ਼ੀ 'ਚ ਕੈਨੇਡਾ ਦੇ ਵਿੱਚ ਜਾ ਕੇ ਜੇ ਗਡਕਰੀ ਸਾਹਿਬ ਜਿੱਥੇ ਸਭ ਤੋਂ ਘੱਟ ਗੁਜਰਾਤ 'ਚ ਨੰਬਰ 1 ਡੈਥ ਰੇਟ ਹੈ 2 ਨੰਬਰ 'ਤੇ ਮਹਾਰਾਸ਼ਟਰਾ 'ਚ ਹੈ 3 ਨੰਬਰ 'ਤੇ ਦਿੱਲੀ 'ਚ ਹੈ ਹੁਣ 4 ਨੰਬਰ 'ਤੇ ਪੰਜਾਬ ਆ ਗਿਆ ਪਹਿਲਾਂ 4 ਨੰਬਰ 'ਤੇ ਤਾਮਿਲਨਾਡੂ ਸੀ 5 ਨੰਬਰ 'ਤੇ ਬੰਗਾਲ ਸੀ ਗਡਕਰੀ ਸਾਹਿਬ ਕਹਿੰਦੇ ਨੇ ਕੇਰਲਾ ਨੂੰ ਤਾਂ ਕਹਿੰਦਾ ਕੋਵਿਡ ਹੀ ਨਹੀਂ ਰੋਕਣਾ ਹੋਇਆ ਜਦ ਤੁਸੀਂ ਇਹੋ ਜਿਹੀ ਸਸਤੀ ਇਹੋ ਜਿਹੀ ਫਿਰ ਜੇ ਉਹ ਆਪਦਾ ਲੋਕਡਾਊਨ ਬੰਦ ਕਰਨਾ ਚਾਹੁੰਦੀ ਹੈ ਸਟੇਟ ਇੱਥੇ ਗੱਲ ਹੋਈ ਹੈ ਸਟੇਟ ਨੂੰ ਕਿੱਥੇ ਪਾਵਰ ਸੀ ਉਹਨਾਂ ਨੇ ਅਮਿਤ ਸ਼ਾਹ ਨੇ ਦਬਕਾ ਮਾਰਤਾ ਵੀ ਤੁਸੀਂ ਕਿਵੇਂ ਖੋਲ ਦੋਗੇ ਸੋ ਜਦ ਸਾਰਾ ਕੁਛ ਕੇਂਦਰ ਦੇ ਹੱਥੋਂ ਨੂੰ ਇਹ ਪਤਾ ਹੈ ਵੀ ਕਿਹੜੇ ਬੰਦੇ ਦਾ ਟੈਸਟ ਹੋਣਾ ਕਿਹੜੇ ਦਾ ਨਹੀਂ ਹੋਣਾ ਪਾਲਿਸੀ ਸੈਂਟਰ ਨੇ ਲੇ ਡਾਊਨ ਕਰੀ ਹੈ ਤੁਹਾਨੂੰ ਇਹ ਪਤਾ ਵੀ ਕਿਹੜੇ ਬੰਦੇ ਨੂੰ ਘਰ ਭੇਜਣਾ ਕਿਹੜੇ ਨੂੰ ਨਹੀਂ ਭੇਜਣਾ ਸੈਂਟਰ ਨੇ ਲੇ ਡਾਊਨ ਕਰੀ ਹੈ ਕੁਆਰੰਟਾਈਨ ਕਿਹਨੂੰ ਕਰਨਾ ਹੈ ਕਿੰਨੇ ਦਿਨ ਕਰਨਾ ਹੈ ਕਿੱਥੇ ਕਰਨਾ ਹੈ ਇਹ ਸੈਂਟਰ ਨੇ ਲੇ ਡਾਊਨ ਕਰੀ ਹੈ ਕਿਹਦਾ ਘਰ 'ਚ ਟ੍ਰੀਟਮੈਂਟ ਇਹ ਸਾਰਾ ਕੁਛ ਸੈਂਟਰ ਨੇ ਡੀਲ ਕਰਿਆ ਪਹਿਲਾਂ ਇਹ ਤਾਂ ਹੁਣ ਸਟੇਟਾਂ ਦੇ ਗੱਲ ਪਾਤਾ ਵੀ ਤੁਸੀਂ ਜੋ ਮਰਜ਼ੀ ਕਰੋ ਸੋ ਜਦ ਸੈਂਟਰ ਹਰ ਗੱਲ 'ਤੇ ਫੈਸਲੇ ਕਰਦਾ ਸੀ ਉਦੋਂ ਉਸ ਨੇ ਕੀ ਮਹਿਸੂਸ ਕਰਾਤਾ ਉਹਦੇ ਵਿੱਚ ਸਟੇਟਾਂ ਵੀ ਸ਼ਾਮਿਲ ਨੇ ਉਹ ਮਹਿਸੂਸ ਇਹ ਕਰਾਤਾ ਵੀ ਅਸੀਂ ਤਾਂ ਬਿਲਕੁਲ ਹੀ ਸਾਡੇ ਕੋਲ ਤਾਂ ਹੈ ਕੁਛ ਨਹੀਂ ਮੈਂ ਛੋਟੀ ਜਿਹੀ 2 ਲਾਈਨਾਂ 'ਚ ਗੱਲ ਕਹਾਂਗਾ ਮੈਨੂੰ ਥੋੜ੍ਹਾ ਟਾਈਮ ਦਿਓ ਜੀ ਸਾਡੇ ਕੋਲ ਪੂਰੀ ਦੁਨੀਆ ਨਾਲੋਂ 2-3 ਚੀਜ਼ਾਂ ਬਹੁਤ ਵੱਡੀਆਂ ਤਕੜੀਆਂ ਸੀ ਕਰੋਨਾ ਨਾਲ ਲੜਨ ਵਾਸਤੇ ਅਸੀਂ ਉਹ ਭੋਰਾ ਨਹੀਂ ਵਰਤੀਆਂ ਨੰਬਰ 1 ਸਾਡੇ ਕੋਲ ਆਸ਼ਾ ਸਿਸਟਮ ਇਹੋ ਜਿਹਾ ਵਧੀਆ ਸੀ ਸਰਕਾਰੀ ਸਿਸਟਮ ਦੇ ਵਿੱਚ ਹਰ 1000 ਦੀ ਆਬਾਦੀ ਦੇ ਪਿੱਛੇ ਸਾਡੇ ਕੋਲ ਇੱਕ ਵਰਕਰ ਹੈ ਅਸੀਂ ਜੰਗਲਾਂ 'ਚ ਬੇੜੀਆਂ 'ਚ ਸਮੁੰਦਰ ਦੇ ਕਿਨਾਰਿਆਂ 'ਤੇ ਪਹਾੜੀਆਂ 'ਚ ਪਹੁੰਚੇ ਹੋਏ ਹਾਂ ਅਸੀਂ ਸਰਵੇ ਕਰ ਸਕਦੇ ਸੀ ਹੁਣ ਪ੍ਰਧਾਨ ਮੰਤਰੀ ਨੇ ਕਿਹਾ ਵੀ ਜਿਵੇਂ ਪੰਜਾਬ ਨੇ ਸਰਵੇਖਣ ਕਰਿਆ ਘਰ ਘਰ ਸਰਵੇਖਣ ਕਰੋ ਕਦ ਕਿਹਾ 7 ਮਹੀਨਿਆਂ ਬਾਅਦ ਦੂਜੀ ਗੱਲ ਸਰਵੇਖਣ ਜ਼ਰੂਰੀ ਸੀ ਦੂਜਾ ਸਾਡਾ ਸੰਕਟ ਇਹ ਸੀ ਕਿ ਸਾਡੇ ਸਰਕਾਰੀ ਸਿਸਟਮ ਇਕੱਲੇ ਇੰਗਲੈਂਡ ਦੇ ਸਿਸਟਮ ਨੂੰ ਛੱਡ ਕੇ ਸਾਡਾ ਸਰਕਾਰੀ ਸਿਸਟਮ ਫੈਲਿਆ ਹੋਇਆ ਪੰਜਾਬ ਦੇ ਵਿੱਚ
महसूस तो यह करा था भी साढ़े को है कुछ नहीं। पंजाब दे विच 2700 बैड तीन मेडिकल कॉलेजां च है, 1100 पटियाला, 1100 अमृतसर, 500 इत्थे अपना फरीदकोट, 2900 बैड जिला दे हस्पताल जिले हस्पतालां च है, 400 जलंधर, 200 बठिंडे, 200 लुधियाने, 200 हुशियारपुर, 200 माता कुशड्डा च पटियाले, 200 मोहाली। असीं किहदी गल करदे आ? असीं लोकां नूं इह महसूस कराता भी साढ़े कोल तां कुछ है ही नहीं, ठीक है, इत्थे मारे गए, कल्ले वेंटीलेटर नहीं सीगे, मन लिया डंडे नाल इलाज नहीं हुंदे, डंडे असी सोचा लॉकडाउन ते पुलिस दा हुक्म इहदा इलाज है, ये नहीं है, ये गलत सी। असी एक जिहड़ी विज्ञानक समस्या सी बचन दे लई एक वैक्सीन दे बार बार दावे किए जा रहे हैं, कुल मिला के ट्रीटमेंट ते वैक्सीन है जिहड़ी उहदे विच गैप किहड़ा हैगा, उस उह किस तरीके नाल तुहानूं जागरूक किया जाएगा, तुहानूं दस्या जा रहा है कि इलाज लई प्रबंध किए जा रहे हैं जां प्रिकॉशन जिहड़े मेजरमेंट है वह लिते जा रहे हैं, तुहानूं इह वी नहीं दस्या जा रहा कि असीं तुहाडे तुहानूं करोना होण देना उस लई टीका तैयार कर रहे हैं जां करोना तुहानूं हो गया उहदा ठीक करन लई टीका तैयार कर रहे हैं, क्योंकि टीका तां असीं सियासी ला रहे हैं। वापस आ रहे हैं, असीं सवाल इक्को पुछ रहे हैं, करोना दी दवाई दे दावे करके कि महामारी तों आज़ादी मिल जाएगी। डॉक्टर सुखिंदर सुखी सर, तुसीं कोई टेक तां दे दो कि केंद्र ने इस नूं पूरा पावर गेम बना के पेश कीता, सूबे मिन्नतां करदे रहे ते केंद्र ने एक ना सुनी। डॉक्टर सुखिंदर सुखी कोई कमेंट तां कर दो सर, तुसीं पोलिटिकल साइंस ते मैडिकल साइंस वाली डिबेट तुसीं शुरू कीती सी डॉक्टर सुखिंदर सुखी। देखो मैं सेंटर दी जां पंजाब दी गल नहीं करदा, मैं तो जिथे बैठा मैं वह गल करदा कि सानू जिथे भी बैठे उत्थे सानू लोकल की मिल रहा। मैं कहता मतलब जे सी कहता मतलब जे डॉक्टर सुखिंदर सुखी सर, डॉक्टर सुखिंदर सुखी सर, सर सुन लो सर, सर सुन लो सर, सुन लो, मैं तुहानू सर पूरा मौका दिता डॉक्टर सुखिंदर सुखी। सवाल यह जो डॉक्टर करके गल कहण कि साडे देश दे विच आशा सिस्टम बहुत वधिया है, जो ये कहण कि इंग्लैंड तो बाद सरकारी सिस्टम साडा इहो जिहा कि जो दूर दराडे तक असीं पहुँच सकते हैं, उस सब के बावजूद केंद्र सरकार ने सूबियां नूं फैसले लैण दिते जिस करके हालात पैदा हुए। डॉक्टर सुखिंदर सुखी तुसीं इस सवाल का जवाब देने तो क्यों कतरा रहे हो? नहीं, मैं नहीं कतरा दा, मैं कभी इस गल ते बिल्कुल नहीं कतरा दा। देखो जिहड़े सूबियां नूं जो उन्होंने देना सी उन्होंने, देखो साढ़े पंजाब की गल करिए 3445 करोड़ रुपया इन्हों आया, उहदे विच इन्हों 500-600 करोड़ रुपया जिहड़ा डिजास्टर मैनेजमेंट लई आया वो कितने गया? कहना मतलब ये इसीलिए आया कि अपने सूबे अपने लैवल से कोई काम कर सकन, लोगों को अवेयरनैस करा सकन, लोगों को यह विश्वास दवा सकन कि सरकार खड़िया डॉक्टर खड़े आ। अज हो की रहा सिर्फ तो सिर्फ जेड़े सरकार चला रहे लोग उही ऑर्डर पास कर रहे हैं, अज किन्ने डॉक्टर अगे लैके नहीं खड़े किए हैं। मेरी कोई गल देखो मैं बार बार ये गल कहना जिन्ना चेर असीं प्रॉपरली लोगों को एजुकेट नहीं करांगे। मैं एक सवाल कर लवां सर, तुसीं ठीक कह रहे हो, तुसीं ठीक कह रहे हो, पंजाब नूं आया कुछ मिलिया वो कित्थे गया? सर मेरा सवाल है कि प्रधानमंत्री साहब लाल किले ते खड़े होकर कहिंदे आ कि वैक्सीन ते काम चलदा पिया, सर ये प्रधानमंत्री साहब नूं दसना चाहिए सी जां कोई डॉक्टर आके ICMR आके कोई बॉडी IMI आके कोई दसदा? तुसीं इसका जवाब देना चाहोगे? मैं बिल्कुल इस गल मैं पहले जो शुरू की डिबेट मैं उस तो पहले भी किया ये डॉक्टर अगे ने बदकिस्मती साढ़े देश की साढ़े सूबे की साढ़े देश की बदकिस्मती है कि अज हर ऐलान जो पोलीटिकल बंदा कर रहा उन्होंने मैं तो बार बार कह रहा कि डॉक्टर्स को अगे करो उन्होंने किदा लड़ाई लड़नी है उन्होंने एक मौका तो दो फिर कुछ काम किया जा सकता। ठीक है हरदीप सिंह किंगरा सर तुहाडे वालों भी सर मैं एक सवाल सर मेरा ले लियो, बहुत लोगों से जुड़ा हुआ सवाल है, जे कोई हॉस्पिटल एडमिट है सर उन्हों कोई ब्रीफिंग नहीं हो रही गी ना इतों सर कोई डेली कोई ब्रीफिंग योजी की जा रही है कि सवालों के जवाब दिए जा सकन, सर एक पासड़ जवाब देने की कार्रवाई है जी लोगों तक नहीं पहुँचती भी हरदीप सिंह किंगरा ग्राउंड से जाके देखो जे 3 मेडिकल कॉलेज के हस्पतालों की डॉक्टर गर्ग गल कर रहे हैं 2700 बैड जिते सर उत्थे जाके देखो तो हालात की है, बार बंदे बैठे नूं अपने पेशेंट का नहीं पता वो अंदर है या नहीं है सर उस तरीके ना हो रहा जिवें कि पहला पंजाब पुलिस दे थाणियां विच नहीं पता हुंदा सीगा कोई उत्थे उहना बंदा फड़िया कि नहीं फड़िया सर उहो जिहे हालात है जे डॉक्टर गर्ग बार बार कह रहे कि लॉ एंड ऑर्डर बना के रखता इहनूं मैडिकल साइंस नूं। हरदीप सिंह किंगरा देखो मैं डॉक्टर सुखी ने जिहड़ी गल कही है जे तुसीं नैशनल डिजास्टर मैनेजमेंट एक्ट नूं पढ़ो
ਤੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਐਪੀਡੈਮਿਕਸ ਦੇ ਵਿੱਚ ਸਭ ਤੋਂ ਵੱਧ ਪਾਵਰ ਸੀ ਐਮ ਓ ਦੀ ਹੁੰਦੀ ਹੈ। ਲੇਕਿਨ ਅਸੀਂ ਸੀ ਐਮ ਓ ਨੂੰ ਇੰਨਾ ਇੱਥੋਂ ਤੱਕ ਕਿ ਸੀ ਐਮ ਓ ਡਿਪਟੀ ਕਮਿਸ਼ਨਰ ਦੀ ਗੱਡੀ ਰੈਕੁਜ਼ੀਸ਼ਨ ਕਰ ਸਕਦਾ ਹੈ, ਮੈਂ ਜਾਣਦਾ ਕਾਨੂੰਨ ਇਹ, ਜੇ ਕਿਸੇ ਨੂੰ ਨਹੀਂ ਪਤਾ ਤਾਂ ਮੈਂ ਦੱਸ ਦਿੰਦਾ ਉਹ ਕਾਨੂੰਨ। ਲੇਕਿਨ ਕਿਸੇ ਸੀ ਐਮ ਓ ਦੀ ਹਿੰਮਤ ਹੈ ਕਿ ਡਿਪਟੀ ਕਮਿਸ਼ਨਰ ਦੀ ਗੱਡੀ ਰੈਕੁਜ਼ੀਸ਼ਨ ਕਰ ਦੇ? ਇਸੇ ਤਰ੍ਹਾਂ, ਕਿਉਂਕਿ ਜਦੋਂ ਇਲੈਕਸ਼ਨ ਹੁੰਦੀ ਹੈ ਡਿਪਟੀ ਕਮਿਸ਼ਨਰ ਸਾਰੇ ਦੀਆਂ ਗੱਡੀਆਂ ਰੈਕੁਜ਼ੀਸ਼ਨ ਕਰ ਲੈਂਦਾ। ਅਸੀਂ ਟੈਕਨੀਕਲ ਲੋਕਾਂ ਨੂੰ ਇੰਨਾ ਦਬਾ ਕੇ ਰੱਖਿਆ ਇਸ ਦੇਸ਼ ਦੇ ਵਿੱਚ ਕਿ ਉਹ ਪਾਵਰ ਹੁੰਦਿਆਂ ਹੋਇਆਂ ਵੀ ਆਪਦੀ ਪਾਵਰ ਐਕਸਰਸਾਈਜ਼ ਨਹੀਂ ਕਰ ਸਕਦੇ। ਸੀ ਐਮ ਓ ਇਜ਼ ਦਾ ਮੋਸਟ ਪਾਵਰਫੁਲ ਪਰਸਨ ਡਿਊਰਿੰਗ ਦਿਸ ਡਿਜ਼ਾਸਟਰ ਇਨ ਦਾ ਕੰਟਰੀ। ਸਾਰੀ ਦੀ ਸਾਰੀ ਪਾਵਰ ਸੀ ਐਮ ਓ ਕੋਲ ਹੈ, ਡੀਸੀ ਕੋਲੇ ਕੋਈ ਪਾਵਰ ਨਹੀਂ ਹੈ। ਚੈੱਕ ਕਰ ਲਓ ਸਰ, ਮੰਨ ਲਈ ਗੱਲ ਤੁਹਾਡੀ ਹਰਜੀਤ ਸਿੰਘ ਕਿੰਗਰਾ, ਮੰਨ ਲਈ ਗੱਲ ਤੁਹਾਡੀ, ਤੁਸੀਂ ਸੈਂਟਰ ਤੇ ਕਹਿ ਲਓ ਸਰ, ਮੈਂ ਤਾਂ ਸਵਾਲ ਤੁਹਾਨੂੰ ਹਰਜੀਤ ਸਿੰਘ ਕਿੰਗਰਾ ਗਰਾਊਂਡ ਦਾ ਕਰਦਾ ਪਿਆ। ਸਰ ਤੁਸੀਂ ਦੱਸ ਦਿਓ ਤੁਹਾਡੇ, ਇੱਕ ਮਿੰਟ ਸਰ, ਹਰਜੀਤ ਸਿੰਘ ਕਿੰਗਰਾ ਤੁਹਾਡੇ ਵੱਲੋਂ ਕਿਹੜੇ ਡਾਕਟਰਾਂ ਦੀ ਟੀਮ ਹੈ ਜਿਹੜੀ ਬਰੀਫਿੰਗ ਕਰਦੀ ਪਈ ਹੈ? ਮੈਂ ਆ ਗਿਆ, ਮੈਂ ਦੱਸਦਾ ਤੁਹਾਨੂੰ ਇੱਥੋਂ ਤੱਕ। ਦੇਖੋ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ, ਮੈਂ ਪਹਿਲਾਂ ਵੀ ਇੱਕ ਵਾਰੀ ਤੁਹਾਡੀ ਟੀਵੀ ਡਿਬੇਟ 'ਚ ਕਿਹਾ ਸੀਗਾ ਕਿ ਦਿੱਲੀ ਦੇ ਵਿੱਚ ਜੁਆਇੰਟ ਸੈਕਟਰੀ ਕਿਉਂ ਜਿਹੜਾ ਹੈ ਉਹ ਪ੍ਰੈਸ ਕਾਨਫਰੰਸ ਕਰਦਾ ਹੈਗਾ, ਕਿਉਂ ਨਹੀਂ ਉੱਥੇ ਆਈ ਸੀ ਐਮ ਆਰ ਦਾ ਜਿਹੜਾ ਚੇਅਰਮੈਨ ਹੈ ਜਾਂ ਉਹ ਉੱਥੇ ਕਰਦਾ, ਕਿਉਂ ਨਹੀਂ ਉੱਥੇ ਏਮਸ ਦੇ ਜਿਹੜੇ ਡਾਇਰੈਕਟਰ ਹੈ ਉਹ ਕਰਦੇ, ਕਿਉਂ ਨਹੀਂ ਲੋਕਾਂ ਨੂੰ ਡਾਕਟਰਾਂ ਨੂੰ ਮੂਹਰੇ ਲਿਆਂਦਾ ਜਾਂਦਾ? ਇਹਦੇ ਕਰਕੇ ਇਹਦੇ ਬਾਰੇ ਮੈਂ ਆਰਟੀਕਲ ਵੀ ਲਿਖਿਆ ਜਦੋਂ ਸਰਵਿਸ ਹੁੰਦਾ ਸੀਗਾ। ਇਹਨੂੰ ਕਹਿੰਦੇ ਆ ਚੇਂਜਿੰਗ ਦਾ ਜਰਨਲਸ। ਜੇ ਤਾਂ ਤੁਸੀਂ ਠੀਕ ਹੈ ਸਰ, ਸਰ ਪੰਜਾਬ ਦਾ ਜਵਾਬ ਤੁਸੀਂ ਨਹੀਂ ਦੇ ਰਹੇ ਮੈਨੂੰ। ਮੈਂ ਪੰਜਾਬ ਦਾ ਹੀ ਦੇ ਰਿਹਾ ਬਾਈ, ਪੰਜਾਬ ਦੇ ਵਿੱਚ ਵੀ ਚੀਫ ਸੈਕਟਰੀ ਜਿਹੜੇ ਆ ਉਹ ਲਿਖ ਰਹੇ ਆ ਕਿ ਪੰਜਾਬ ਕਰੋਨਾ ਨੂੰ ਠੀਕ ਨਹੀਂ। ਤੁਸੀਂ ਦੇਖੋ ਪੰਜਾਬ ਦੇ ਜਿਹੜੇ ਪ੍ਰਿੰਸੀਪਲ ਚੀਫ ਸੈਕਟਰੀ ਆ ਉਹਨਾਂ ਦਾ ਇੱਕ ਆਰਟੀਕਲ ਛਪਿਆ ਸੀਗਾ, ਉਹ ਤੇ ਮੈਂ ਲਿਖਿਆ ਵੀ ਸੀਗਾ, ਉਹਨਾਂ ਨੇ ਲਿਖਿਆ ਸੀ ਕਿ ਪੰਜਾਬ ਦੇ ਵਿੱਚ ਕਰੋਨਾ ਨੂੰ ਮੈਨੇਜ ਠੀਕ ਨਹੀਂ ਕਰਦਾ ਕੋਈ। ਤੇ ਮੈਂ ਕਿਹਾ ਕਰਨਾ ਤਾਂ ਤੂੰ ਹੈ, ਤੇ ਤੂੰ ਕਹੀ ਤੂੰ ਲਿਖੀ ਜਾਂਦਾ ਕੋਈ ਠੀਕ ਨਹੀਂ ਕਰਦਾਗਾ। ਚਲੋ ਠੀਕ ਹੈ ਤੂੰ, ਮੈਂ ਇਹ ਲਿਖਿਆ ਸੀਗਾ ਸਰ, ਡਾਟਾ ਕਰ ਸਰ, ਲਿਖਿਆ ਸੀਗਾ ਤੁਸੀਂ ਇਹ ਆਰਟੀਕਲ ਕਿਹਦੇ ਵਾਸਤੇ ਲਿਖਿਆ? ਠੀਕ ਹੈ ਸਰ, ਆਪਦੇ ਵਾਸਤੇ ਲਿਖਿਆ, ਲੋਕਾਂ ਵਾਸਤੇ ਲਿਖਿਆ, ਆਪਦੀ ਸਿਆਣ ਵਿਖਾਉਣ ਵਾਸਤੇ ਲਿਖਿਆ। ਠੀਕ ਹੈ ਸਰ, ਇੱਥੋਂ ਤੱਕ ਮੈਂ ਪ੍ਰਿੰਸੀਪਲ ਚੀਫ ਸੈਕਟਰੀ ਨੂੰ ਲਿਖਿਆਗਾ, ਤੁਹਾਨੂੰ ਮੈਂ ਭੇਜ ਸਕਦਾ ਉਹਦੀ ਕਾਪੀ। ਚਲੋ ਬਹੁਤ ਅੱਛੀ ਗੱਲ ਹੈ ਜੇ ਤੁਸੀਂ ਇਹ ਗੱਲ ਲਿਖੀ ਹੈ। ਚੌਧਰ ਦੀ ਗੱਲ ਕਰੀ ਜਾਂਦੇ, ਚੌਧਰ ਇਹ ਜਿਹੇ ਮੌਕੇ ਲੋਕ ਚੌਧਰ ਲੈਣ ਦੀ ਗੱਲ ਕਰੀ ਜਾਂਦੇ। ਠੀਕ ਹੈ ਠੀਕ ਹੈ, ਡਾਟਾ ਕਰਗਾ ਡਾਟਾ ਕਰ ਸਰ, ਇੱਕ ਆਮ ਲੋਕਾਂ ਦਾ ਸਵਾਲ ਹੈ ਕਿ ਜਿਹੜੇ ਵੀਆਈਪੀ ਲੋਕ ਹੈ, ਵੀਆਈਪੀ ਹੈ ਜਿਹੜੇ, ਉਹਨਾਂ ਲਈ ਵੱਖਰਾ ਕਾਨੂੰਨ ਹੈ ਸਰ, ਸਾਡੇ ਲਈ ਵੱਖਰਾ ਕਾਨੂੰਨ ਹੈ। ਮਾਸਕ ਪਾਉਣਾ ਆਮ ਲੋਕਾਂ ਲਈ ਜ਼ਰੂਰੀ ਹੈ, ਉਹਨਾਂ ਚਲਾਨ ਕੱਟਿਆ ਜਾਊਗਾ। ਸੋਸ਼ਲ ਡਿਸਟੈਂਸਿੰਗ ਆਮ ਲੋਕਾਂ ਜ਼ਰੂਰੀ, ਉਹਨਾਂ ਚਲਾਨ ਕੱਟਿਆ ਜਾਊਗਾ। ਜਿਹੜੇ ਪੋਲੀਟੀਸ਼ੀਅਨ ਹੈ, ਚਾਹੇ ਪ੍ਰਚਾਰ ਕਰਨ, ਚਾਹੇ ਝੰਡੇ ਲਹਿਰਾਉਣ, ਚਾਹੇ ਮੀਟਿੰਗਾਂ ਕਰਨ, ਅਤੇ ਚਾਹੇ ਆਪਦੀਆਂ ਵੋਟਾਂ ਪੱਕੀਆਂ ਕਰਨ, ਚਾਹੇ ਕੋਈ ਪ੍ਰੋਟੈਸਟ ਕਰਨ, ਸਰ ਉਹਨਾਂ ਲਈ ਕਾਨੂੰਨ ਵੱਖਰਾ। ਇਹ ਆਮ ਲੋਕਾਂ ਦਾ ਸਵਾਲ ਹੈ ਸਰ। ਬਿਲਕੁਲ ਠੀਕ ਹੈ ਇਹ ਸਵਾਲ। ਜੇ ਅਮਿਤ ਸ਼ਾਹ ਜੀ ਮੀਟਿੰਗਾਂ ਕਰਦੇ ਨੇ, ਭਾਵੇਂ ਉਹ ਇਹ ਕਹਿੰਦੇ ਨੇ ਜੇ ਮੋਦੀ ਸਾਹਿਬ ਮੰਦਰ ਦਾ ਉਦਘਾਟਨ ਕਰਦੇ ਨੇ ਉੱਥੇ ਤੁਸੀਂ ਦੇਖ ਲਓ ਕਿਹੜੇ ਮਾਸਕ ਪਹਿਨੇ ਹੋਏ ਸੀ, ਜੇ ਆ ਆਜ਼ਾਦੀ ਦੇ ਨਾਮ ਦੇ ਉੱਤੇ ਝੰਡੇ ਚੜਾਉਣ ਅਤੇ ਹੋਰ ਦੇ ਉੱਤੇ ਜੋ ਫੰਕਸ਼ਨ ਹੋਏ ਨੇ ਉਹਨਾਂ 'ਚ ਤੁਹਾਨੂੰ ਪਤਾ, ਅਕਾਲੀਆਂ ਨੇ ਜਿਹੜੀ ਰੈਲੀ ਕਰੀ ਸੀ ਉਹਦੇ 'ਚ ਤੁਹਾਨੂੰ ਪਤਾ ਕੀ ਹੋ ਰਿਹਾ। ਸੋ ਜਿਹੜਾ ਕੁਛ ਹੋ ਰਿਹਾ ਉਹ ਸਿਆਸਤਦਾਨ ਲੀਡਰ ਹੁੰਦਾ, ਸਿਆਸਤਦਾਨ ਨੇ ਆਪਦੇ ਕੈਡਰਸ ਨੂੰ ਵੀ ਉੱਥੇ ਮੋਟੀਵੇਟ ਕਰਨਾ ਹੁੰਦਾ, ਇੱਕ ਤਾਂ ਇਹ ਹੈ। ਦੂਜਾ ਪੰਜਾਬ ਦੀ ਇੱਕ ਵੱਡੀ, ਬਾਕੀ ਵੀ ਜਗ੍ਹਾ 'ਤੇ ਹੈ ਪਰ ਪੰਜਾਬ 'ਚ ਵੱਡੀ, ਮਰੀਜ਼ ਨੂੰ ਇਹ ਹਿਊਮਨ ਰਾਈਟ ਆ ਉਹਦਾ, ਉਹਨੂੰ ਪਤਾ ਹੋਵੇ ਕਿ ਮੇਰਾ ਫਲਾਣੇ ਹਸਪਤਾਲ 'ਚ ਮੈਨੂੰ ਉਹ, ਜਿਵੇਂ ਪਹਿਲਾਂ ਥਾਣੇ ਵਾਲੇ ਟੈਰਰਿਸਟਾਂ ਕਹਿ ਕੇ ਚੁੱਕੇ ਲੈ ਜਾਂਦੇ ਸੀ, ਕੋਵਿਡ ਦਾ ਇੰਨਾ ਭੈ ਪੈਦਾ ਕਰਤਾ ਕਿ ਕੋਈ ਬਰੀਫਿੰਗ ਅੱਜ ਡੀ ਸੀ ਇੰਚਾਰਜ ਨੇ ਜਿਹੜਾ ਹੈਲਥ ਸੁਸਾਇਟੀ ਦੇ, ਡੀ ਸੀ ਨੂੰ ਕਿਆ ਪਤਾ, ਊੜਾ ਉਹਦਾ ਉਹਨੂੰ ਪਤਾ ਨਹੀਂ ਹੈਗਾ ਹੈਲਥ ਦਾ, ਉਹ ਹੈਲਥ ਦਾ ਇੰਚਾਰਜ ਆ, ਹੁਕਮ ਐਂ ਕਰ ਦਿਓ ਆਹ ਕਰ ਦਿਓ ਉਹ ਕਰ ਦਿਓ, ਉਹਨੂੰ ਇਹ ਪਤਾ ਨਹੀਂ ਵੀ ਭਾਈ ਇਹ ਨਹੀਂ ਹੋ ਸਕਦਾ। ਟੈਕਨੀਕਲੀ ਜੇ ਉਹ ਇੰਨੀ ਸੀ ਆਪ ਆ ਕੇ ਪੜ੍ਹਾਈ ਕਰਦੇ ਫਿਰ ਕਰਦੇ ਬਿਮਾਰੀ। ਅੱਜ ਅਸੀਂ ਕੀ ਕਰਿਆ, ਇੱਕ ਪਾਸੇ ਸਾਡੀ ਸਿਆਸਤ ਨੇ ਤਿੰਨ ਗਰੁੱਪ ਬਣਾਏ ਹੋਏ ਨੇ ਜਿਹੜੇ ਕੇਂਦਰ 'ਚ ਸਿਆਸਤ ਹੈ, ਇੱਕ ਗਰੁੱਪ ਜਿਹਦਾ ਡਾਕਟਰ ਸਾਹਿਬ ਨੇ ਕਿੰਗਰਾ ਸਾਹਿਬ ਨੇ ਜ਼ਿਕਰ ਕਰਿਆ ਸੀ, ਉਹ ਗਰੁੱਪ ਵੀ ਉਹਨਾਂ ਦਾ ਹੀ ਹੈ, ਉਹ ਕਹਿੰਦਾ ਕੁਛ ਨਹੀਂ ਮਾਸਕ ਸਾੜ ਦਿਓ, ਕੋਈ ਮਾਸਕ ਪਹਿਨਣ ਦੀ ਲੋੜ ਨਹੀਂ, ਕੋਈ ਕਰੋਨਾ ਨਹੀਂ। ਦੂਜਾ ਗਰੁੱਪ ਕਹਿੰਦਾ ਅੰਦਰ ਵੜ ਜਾਓ ਮਾਰੇ ਜਾਓਗੇ ਡਰ ਜਾਓ, ਤੀਜਾ ਗਰੁੱਪ ਕਹਿੰਦਾ ਦੇਖੋ ਜੇ ਮੋਦੀ ਸਾਹਿਬ ਨਾ ਹੁੰਦੇ ਨਾ ਤੁਸੀਂ ਮਾਰੇ ਜਾਣਾ ਸੀ। ਉਹਨਾਂ ਨੂੰ ਚੁੱਪ ਤੱਕ, ਮੈਂ ਨੀ ਕਹਿੰਦਾ ਉਹਨਾਂ ਦੇ ਕੇਸ ਬਣਾਓ ਕਿਉਂਕਿ ਕੋਈ ਹਰ ਇੱਕ ਬੰਦੇ ਨੂੰ ਆਜ਼ਾਦੀ ਹੈ, ਉਹਨਾਂ ਨੂੰ ਇਹ ਤਾਂ ਕਹਿਣ ਵੀ ਡਾਕਟਰਾਂ ਕੋਲ ਜਾ ਕੇ ਸਬੂਤ ਦੇ ਤੂੰ ਕਿ ਹਲਦੀ ਪੀਣ ਨਾਲ ਬਾਬਾ ਰਾਮਦੇਵ ਦੀ ਕੋਰੋਨਲ ਦਾ ਪ੍ਰਚਾਰ ਕਰਵਾਇਆ ਸਰਕਾਰ ਨੇ ਆਪ ਝੂਠਾ। ਜੇ ਤੁਸੀਂ ਝੂਠਾ ਪ੍ਰਚਾਰ ਕਰਾਓਗੇ ਕਿ ਆਯੁਰਵੇਦ ਨਾਲ ਠੀਕ ਹੋ ਜੂ ਜੀ, ਇਹ ਦਿਖਾ ਤਾਂ ਦਿੰਦੇ ਵੀ ਹਾਂ ਭਾਈ ਆਹ ਦਿਖਾ ਠੀਕ ਹੋ ਗਿਆ। ਸੋ ਜਦ ਤੁਸੀਂ ਸਾਰੀਆਂ ਇੰਸਟੀਟਿਊਸ਼ਨਾਂ ਨੂੰ ਟੈਕਨੀਕਲ ਸਿਸਟਮ ਨੂੰ ਥੱਲੇ ਲਾ ਕੇ, ਬੰਦੇ ਦੇ ਲੋਕਾਂ ਦੇ ਰਾਈਟ ਨੇ, ਮਰੀਜ਼ ਨੂੰ ਕਿਉਂ ਨਾ ਪਤਾ ਹੋਵੇ ਮੇਰਾ ਮਰੀਜ਼ ਦਾਖਲ ਹੈ, ਜੇ ਮਰ ਗਿਆ ਇਹ ਕਿਉਂ ਨਾ ਰੋਜ਼ ਡੇਲੀ ਬਰੀਫਿੰਗ ਕਿਉਂ ਨਾ ਹੋਵੇ, ਸਵੇਰੇ ਤੁਸੀਂ ਸਾਰਿਆਂ ਨੂੰ ਇਕੱਠੇ ਕਰਕੇ ਹਸਪਤਾਲ ਦੇ ਵਿੱਚ ਕੋਈ ਵੱਡੇ ਕਮਰੇ ਦੇ ਵਿੱਚ ਸੋਸ਼ਲ ਡਿਸਟੈਂਸ ਰੱਖਦੇ ਹੋਏ ਦੱਸ ਦਿਓ ਵੀ ਤੁਹਾਡਾ ਫਲਾਣਾ ਮਰੀਜ਼ ਹੈ ਭਾਈ, ਉਹਦੀ ਆਹ ਹਾਲਤ ਹੈ। ਠੀਕ ਹੈ ਡਾਕਟਰ, ਇੰਨੀ ਤਾਂ ਕਿਸੇ ਨੂੰ ਕਿਸੇ ਨੇ ਕੋਈ ਪ੍ਰੋਟੋਕੋਲ, ਅਸੀਂ ਇਹਨੂੰ SOP ਕਹਿੰਦੇ ਹਾਂ, ਸਟੈਂਡਰਡ ਆਪਰੇਟਿੰਗ ਪ੍ਰੋਸੀਜਰ, ਇਹ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਕਿਸੇ ਨੇ ਲੇਡ ਡਾਊਨ ਨਹੀਂ ਕਰਿਆ ਕਿਉਂਕਿ ਬਿਊਰੋਕਰੇਸੀ ਨੂੰ ਲੇਡ ਡਾਊਨ ਨਹੀਂ ਕਰਨਾ ਆਉਂਦਾ। ਚਲੋ
ਤੇ ਟੈਕਨੀਕਲ ਮੈਨ ਪਾਵਰ ਕੋਲ ਪਾਵਰ ਕੋਈ ਨਹੀਂ। ਇਸ ਕਰਕੇ ਜਿਹਦਾ ਜੋ ਚੱਲਦਾ ਹੈ ਉਹ ਚੱਲਦਾ ਹੈ। ਇੱਥੇ ਰਾਮ ਰੌਲਾ ਚੱਲੀ ਜਾਂਦਾ ਹੈ, ਉਹ ਕਹਿੰਦਾ ਵੀ ਮੈਂ ਹੁਣ ਉਹ ਲਫ਼ਜ਼ ਨਹੀਂ ਯੂਜ਼ ਕਰਦਾ, ਰਾਜ ਚੌਹਾਨੇ ਦਾ ਇੱਕੋ ਭਾਰਤ ਦੇ ਦਾਰੇ ਦਾ। ਚਲੋ ਬਹੁਤ ਧੰਨਵਾਦ ਡਾਕਟਰ ਗਰਗ ਤੁਹਾਡਾ। ਡਾਕਟਰ ਸੁਖਵਿੰਦਰ ਸੁੱਖੀ, ਮੇਰੇ ਕੋਲ ਵਕਤ ਨਹੀਂ ਹੈਗਾ, ਮਾਫ਼ ਕਰਨਾ, ਬਹੁਤ ਧੰਨਵਾਦ ਤੁਹਾਡਾ ਵੀ, ਹਰਦੀਪ ਸਿੰਘ ਇੰਗਰਾ ਤੁਹਾਡਾ ਵੀ ਬਹੁਤ ਧੰਨਵਾਦ। ਇਹਨਾਂ ਤਿੰਨਾਂ ਮਹਿਮਾਨਾਂ ਦੀ ਡਿਬੇਟ ਤੋਂ ਮੈਨੂੰ ਇੱਕ ਚੀਜ਼ ਸਮਝ ਆਈ ਹੈ ਕਿ ਇਸ ਵਕਤ ਤੁਸੀਂ ਆਪਦੀ ਸਿਹਤ ਦੇ, ਆਪਦੀ ਰੱਖਿਆ ਦੇ ਆਪ ਜ਼ਿੰਮੇਵਾਰ ਹੋ। ਤੁਸੀਂ ਆਪ ਤੈਅ ਕਰਨਾ ਤੁਹਾਨੂੰ ਪੋਲੀਟੀਕਲ ਸਿਸਟਮ ਹੈ ਜਿਹੜਾ ਕਨਫਿਊਜ਼ ਕਰਨ ਦੀ ਕੋਸ਼ਿਸ਼ ਵਿੱਚ ਹੈ। ਤੁਸੀਂ ਆਪ ਸੋਚਣਾ ਕਿ ਹੁਣ ਤੁਸੀਂ ਕਿਹੜੇ ਰਾਹ 'ਤੇ ਜਾਣਾ, ਤੁਸੀਂ ਮਾਸਕ ਪਾਉਣਾ, ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨੀ ਹੈ। ਜੇ ਤੁਸੀਂ ਆਪਦੇ ਪੋਲੀਟੀਕਲ ਲੀਡਰਾਂ ਵੱਲ ਦੇਖੋਗੇ ਤਾਂ ਉਹ ਕਾਨੂੰਨ ਤੋੜਦੇ ਵੀ ਪਏ ਆ, ਉਹਨਾਂ 'ਤੇ ਕਾਨੂੰਨ ਦੀ ਕੋਈ ਕਾਰਵਾਈ ਨਹੀਂ ਹੁੰਦੀ ਪਈ, ਤੁਸੀਂ ਦੇਖਦੇ ਪਏ ਹੋ। ਮੈਂ ਜੇ ਵਾਰ ਵਾਰ ਉਹਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦੂੰਗਾ ਤਾਂ ਵੀ ਤੁਹਾਨੂੰ ਸਮਝ ਆਜੂਗਾ, ਪਰ ਤੁਸੀਂ ਸਭ ਕੁਝ ਦੇਖ ਰਹੇ ਹੋ, ਦੇਖ ਪਾ ਰਹੇ ਹੋ। ਸਾਡਾ ਸਵਾਲ ਤਾਂ ਇੱਕੋ ਸੀ, ਕਰੋਨਾ ਦੇ ਬੇਫਿਕਰੀ ਕਿਉਂ? ਬੇਫਿਕਰੀ ਇਸ ਕਰਕੇ ਆ, ਸਰਕਾਰ ਨੇ ਹੱਥ ਖੜ੍ਹੇ ਕਰਤੇ ਆ। ਹੁਣ ਤੁਸੀਂ ਦੇਖਣਾ ਕਿ ਤੁਸੀਂ ਕੀ ਕਰਨਾ ਹੈਗਾ। ਹੱਥ ਤੁਸੀਂ ਨਾ ਖੜ੍ਹੇ ਕਰਿਓ, ਕਿਉਂਕਿ ਹੱਥ ਤੁਸੀਂ ਧੋਣੇ ਆ, ਹੱਥਾਂ ਦਾ ਧਿਆਨ ਰੱਖਣਾ, ਅਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨੀ ਹੈ, ਮਾਸਕ ਪਾਉਣਾ। ਅਸੀਂ ਸਿਰਫ ਤੁਹਾਨੂੰ ਜਾਗਰੂਕ ਕਰ ਸਕਦੇ ਹਾਂ। ਮੈਡੀਕਲ ਸਾਇੰਸ ਬਾਰੇ ਵੀ ਮੈਨੂੰ ਓਨਾ ਕੀ ਪਤਾ ਜਿੰਨਾ ਤੁਹਾਨੂੰ ਪਤਾ, ਪਰ ਪੋਲੀਟੀਕਲ ਸਾਇੰਸ ਬਾਰੇ ਮੈਨੂੰ ਹੋ ਸਕਦਾ ਤੁਹਾਡੇ ਨਾਲ ਜ਼ਿਆਦਾ ਪਤਾ ਹੋਵੇ। ਇਸ ਲਈ ਮੈਂ ਕਹਿ ਰਿਹਾ ਇਹ ਕਰੋਨਾ 'ਤੇ ਉਹ ਬੇਫਿਕਰ ਹੈ, ਅਤੇ ਫਿਕਰ ਤੁਸੀਂ ਕਰਨਾ, ਅਤੇ ਜ਼ਿਕਰ ਅਸੀਂ ਵਾਰ ਵਾਰ ਕਰਦੇ ਰਹਾਂਗੇ। ਬਹੁਤ ਧੰਨਵਾਦ।